ਬਿਲਕੁਲ ਜਦੋਜਹਿਦ ਨਹੀਂ ਕੀਤੀ ਵਿਆਹ ਕਰਾਉਣ ਲਈ? ਇੱਦਾਂ ਜ਼ਿਆਦਾ ਸੁਖੀ ਹੋ? ਤੁਸੀਂ ਆਪਣਾ ਵਿਆਹ ਕਰਾ ਲਿਆ, ਚਾਚੇ ਦਾ ਨਹੀਂ ਸੋਚਿਆ? ਜਦੋਂ ਕੋਈ ਘੋੜੀ ਚੜਦਾ, ਜਦੋਂ ਕਿਸੇ ਦਾ ਵਿਆਹ ਹੁੰਦਾ, ਉਦੋਂ ਜੀ ਕਰਦਾ ਹੁੰਦਾ ਵੀ ਮੇਰਾ ਵੀ ਹੋਵੇ? ਨਾ ਨਾ, ਕੋਈ ਨਾ, ਹੁਣ ਪੈਸੇ ਚੁਗਣ ਲੱਗ ਜਾਂਦਾ। ਅੱਛਾ ਬਾਪੂ ਜੀ, ਤੁਹਾਡੀ ਖੁਰਾਕ ਕਿਹੋ ਜੀ ਸੀ? ਕੀ ਕੁਛ ਖਾਂਦੇ ਪੀਂਦੇ ਹੁੰਦੇ ਸੀ? ਮਾਖਣੀ ਖਾਂਦਾ, ਹੋਰ ਕਿਆ, ਬੈਂਗਣ ਖਾਂਦਾ ਰਹਿ ਜਾਂਦਾ। ਇਹਨਾਂ ਨਾਲ ਬਹਿੰਦੇ ਹੋ, ਕੀ ਕੁਛ ਸਿੱਖਦੇ ਹੋ ਇਹਨਾਂ ਤੋਂ? ਰਾਤ ਸਿੱਖੀ ਹੈ। ਦੇਖੋ, ਖਾਣ ਪੀਣ ਪਿੱਛੇ ਕਾਹਦੀ ਸੰਗ? ਬਿਲਕੁਲ। ਚੋਰੀ ਕਰਨੀ ਮਾੜੀ ਆ, ਬਿਲਕੁਲ, ਨਾਲ ਲੈ ਕੇ ਜਾਣਾ ਮਾੜਾ, ਖਾਏ ਤਾਂ ਕੁਛ ਨਹੀਂ ਮੁੱਕਦਾ। ਬੜੀ ਠੋਕ ਕੇ ਬੰਨੀ, 11 ਸਾਲ ਸਕੂਲ ਚ ਲਾਏ, ਪੱਗ ਬੰਨਣੀ ਵੀ ਸਿੱਖੂਗੇ ਮੇਰੇ। ਹਾਂ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀ ਵੀ ਤੁਸੀਂ ਵੇਖ ਰਹੇ ਹੋ, ਮੈਂ ਪਰਮ ਸਿੰਘ, ਪ੍ਰੋਗਰਾਮ ਪ੍ਰਾਈਮ 7 ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਅਤੇ ਅੱਜ ਅਸੀਂ ਪਿੰਡ ਦੇਵੀ ਨਗਰ ਅਬਰਾਵਾਂ 'ਚ ਪਹੁੰਚੇ ਹਾਂ। ਬਾਈ ਜੀ ਸਾਨੂੰ ਮਿਲ ਗਏ, ਕਿਹਾ ਸਾਨੂੰ ਸਾਡੀ 7 ਤੱਕ ਛੱਡ ਦਿਓ। ਪਹਿਲਾਂ ਵੀ ਆਪਾਂ ਇਸ ਪਿੰਡ ਦੇ ਵਿੱਚ ਪ੍ਰੋਗਰਾਮ ਕੀਤਾ ਸੀ, ਲੇਕਿਨ ਉਹ ਆਪਾਂ ਪਿੰਡ ਦੇ ਅੰਦਰਵਾਰ ਗੁਰਦੁਆਰਾ ਸਾਹਿਬ ਦੇ ਕੋਲ ਕੀਤਾ ਸੀ। ਅੱਜ ਅਸੀਂ ਪਿੰਡ ਦੇ ਬਾਹਰਵਾਰ ਹਾਂ, ਜਿੱਥੇ ਇੱਦਾਂ ਦੇ ਵੀਰ ਖੇਤਾਂ ਤੋਂ ਆਉਂਦੇ ਨੇ, ਕੋਈ ਕੰਮਾਂ ਕਾਰਾਂ ਤੋਂ ਆਉਂਦੇ ਨੇ, ਕੋਈ ਪਿੰਡ ਦੇ ਬਜ਼ੁਰਗ ਬਾਹਰ ਆ ਕੇ ਵੈਸੇ ਬੈਠ ਜਾਂਦੇ ਨੇ, ਕੋਈ ਪਾਣੀ ਲਾਉਣ ਗਿਆ। ਸੋ ਉੱਥੇ ਆਪਾਂ ਚੱਲਦੇ ਹਾਂ ਅਤੇ ਦੇਖਦੇ ਹਾਂ ਅੱਜ ਕਿਵੇਂ ਦਾ ਮਾਹੌਲ ਹੋਊਗਾ। ਆਸ ਅਤੇ ਉਮੀਦ ਆ ਬਾਕੀ ਦੇ ਪ੍ਰੋਗਰਾਮਾਂ ਵਾਂਗੂ ਤੁਸੀਂ ਅੱਜ ਦੇ ਪ੍ਰੋਗਰਾਮ ਨੂੰ ਵੀ ਪਿਆਰ ਦਿਓਗੇ। ਚਲੀਏ ਫਿਰ ਸਾਥ 'ਚ। ਚਲੋ ਜੀ ਫਿਰ, ਬਸ ਬਾਈ ਜੀ ਆ ਗਿਆ। ਵੀ ਸ਼ੁਕਰੀਆ ਸਾਨੂੰ ਇੱਥੇ ਤੱਕ ਲਾਇਆ, ਤੁਹਾਡਾ ਧੰਨਵਾਦ। ਲਓ ਜੀ, ਆਪਾਂ ਪਹੁੰਚ ਗਏ ਹਾਂ ਪਿੰਡ ਦੀ 7 ਅਤੇ ਲੈ ਕੇ ਚੱਲਦੇ ਤੁਹਾਨੂੰ ਅੰਦਰ। ਆ ਜਾਓ ਫਿਰ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਜੀ, ਠੀਕ ਹੋ? ਮੈਂ ਕਹਿੰਦਾ ਚੜ੍ਹਦੀ ਕਲਾ ਮੌਜਾਂ ਨੇ, ਐਨ ਮੌਜੇ ਮੌਜਾਂ। ਲਾਈਏ ਮਹਿਫਲ ਫਿਰ? ਹਾਂ ਲਾਓ, ਚਲੋ ਆਓ ਫਿਰ। ਲਓ ਜੀ ਫਿਰ, ਆਪਾਂ 7 'ਚ ਪਹੁੰਚ ਗਏ ਹਾਂ ਅਤੇ ਇੱਥੇ ਸਾਡੇ ਆਲੇ ਦੁਆਲੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਬੈਠੇ ਨੇ, ਕੁਝ ਨੌਜਵਾਨ ਵੀਰ ਵੀ ਆ। ਇਹ ਪਿੰਡ ਦੀ ਫੁਲਵਾੜੀ ਆ ਜੀ, ਇੱਥੇ ਸਾਰੇ ਹੀ ਦਿਨੇ ਆ ਕੇ ਜਿਹਨਾਂ ਕੋਲ ਸਮਾਂ ਹੁੰਦਾ ਉਹ ਇੱਥੇ ਆ ਕੇ ਆਪਣਾ ਟਾਈਮ ਜਿਹੜਾ ਆ ਉਹ ਸਮਾਂ ਬਤੀਤ ਕਰਦੇ ਆ, ਗੱਲਾਂ ਬਾਤਾਂ ਮਾਰਦੇ, ਹੱਸਦੇ ਖੇਡਦੇ ਨੇ, ਆਨੰਦ ਮਾਣਦੇ ਨੇ ਜ਼ਿੰਦਗੀ ਦੇ। ਕੁੱਲ ਮਿਲਾ ਕੇ ਗੱਲ ਇਹ ਆ, ਤੁਹਾਡਾ ਮੋਬਾਈਲ ਬੋਲਿਆ। ਸੋ 7 ਦੀ ਸ਼ੁਰੂਆਤ ਕਰਾਂਗੇ ਜੀ। ਇੱਧਰੋਂ ਇਹਨਾਂ ਨੂੰ ਚੇਚੇ ਤੌਰ 'ਤੇ ਸੱਦਿਆ ਗਿਆ, ਇਹ ਕਹਿੰਦੇ ਵੀ ਪਿੰਡ ਦੇ ਬਹੁਤ ਖਾਸ ਨੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਠੀਕ ਆ? ਐਂਡ ਵਧੀਆ, ਚੜ੍ਹਦੀ ਕਲਾ। ਚੜ੍ਹਦੀ ਕਲਾ, ਆਵਾਜ਼ ਘੱਟ ਕਿਉਂ ਆ? ਵਿਆਹੇ ਬੰਦੇ ਦੀ ਆਵਾਜ਼ ਘੱਟ ਹੁੰਦੀ ਆ ਨਾ? ਨਹੀਂ ਨਹੀਂ, ਫੁੱਲ ਹੁੰਦੀ ਆ, ਫੁੱਲ ਹੁੰਦੀ ਆ। ਮਾਲ ਨਹੀਂ ਮਿਲਿਆ, ਸਰਵਿਸ ਨਹੀਂ ਹੋਈ। ਅੱਛਾ ਜੀ, ਸਰਵਿਸ ਨਹੀਂ ਹੋਈ। ਅੱਛਾ ਜੀ, ਤੁਹਾਡਾ ਪੂਰਾ ਨਾਮ? ਨਿਰਮਲ ਸਿੰਘ। ਨਿਰਮਲ ਸਿੰਘ, ਇਹ ਸਾਰੇ ਇਹ ਕਹਿ ਰਹੇ ਵੀ ਭਾਜੀ ਹੁਣੀ ਛੜੇ ਨੇ, ਮਤਲਬ ਵਿਆਹ ਨਹੀਂ ਕਰਾਇਆ? ਹਾਂਜੀ, ਕੋਈ ਨਹੀਂ, ਤਾਂ ਕੀ ਹੋ ਗਿਆ? ਆਪਣਾ ਡਾਟਾ ਦੱਸਦਾ ਤਾਂ ਹੁੰਦਾ, ਤੁਹਾਨੂੰ ਪੁੱਛੀਦਾ ਗਏ। ਬਿਲਕੁਲ ਜਦੋਜਹਿਦ ਨਹੀਂ ਕੀਤੀ ਵਿਆਹ ਕਰਾਉਣ ਲਈ? ਏਦਾਂ ਜ਼ਿਆਦਾ ਸੁਖੀ ਹੋ? ਵਧੀਆ। ਵਿਆਹੇ ਬੰਦੇ ਨੂੰ ਕੀ ਨੁਕਸਾਨ ਹੁੰਦੇ ਅਤੇ ਛੜੇ ਨੂੰ ਕੀ ਫਾਇਦੇ ਹੁੰਦੇ? ਇਹਨਾਂ ਦਾ ਪਤਾ ਨਹੀਂ ਵੀ ਜ਼ਿੰਦਗੀ ਛੜੇ ਬੰਦੇ ਦੀ ਬਹੁਤ ਵਧੀਆ।
ਅੱਛਾ ਨਹੀਂ ਓਦਾਂ ਵੈਸੇ ਚਲੋ ਪਹਿਲਾਂ ਪਹਿਲੇ ਦੇ ਸਮੇਂ ਦੀ ਗੱਲ ਕਰੀਏ ਤਾਂ ਪਹਿਲਾਂ ਨਾ ਕਹਿ ਦਿੰਦੇ ਉਹ ਜ਼ਿਆਦਾ ਛੜਾ ਏਦਾਂ ਜਦੋਂ ਕਹਿੰਦਾ ਗੁੱਸਾ ਤਾਂ ਨਹੀਂ ਆਉਂਦਾ ਸਾਨੂੰ ਕੁਝ ਕੋਈ ਪ੍ਰੋਬਲਮ ਨਹੀਂ ਅੱਛਾ ਜੋ ਤੁਹਾਨੂੰ ਕੋਈ ਕਹਿੰਦਾ ਉਹ ਤੁਸੀਂ ਤਾਂ ਫਿਰ ਉਹ ਗੱਲ ਹੋ ਗਈ ਨਾ ਵੀ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਵਰਾਤਾ ਦੇਖਦਾ ਹਾਂ ਤਾਂ ਦੇਖੀ ਜਾਂਦਾ ਵਰਾਤਾ ਵਰੂਤਾ ਸਭ ਦੀਆਂ ਅੱਛਾ ਜਦੋਂ ਕੋਈ ਘੋੜੀ ਚੜਦਾ ਜਦੋਂ ਕਿਸੇ ਦਾ ਵਿਆਹ ਹੁੰਦਾ ਤਾਂ ਜੀ ਕਰਦਾ ਹੁੰਦਾ ਵੀ ਮੇਰਾ ਵੀ ਹੋਵੇ ਨਾ ਨਾ ਹੁਣ ਕੋਈ ਨਾ ਹੁਣ ਪੈਸੇ ਚੁਗਣ ਲੱਗ ਜਾਂਦਾ ਪੈਸੇ ਚੁਗਣ ਲੱਗ ਜਾਂਦਾ ਰੋਂਦਾ ਵੀ ਆ ਗਰਮੀ ਕਾਹਦੀ ਆਈ ਆ ਅੱਛਾ ਫਿਰ ਜਦੋਂ ਕਿਸੇ ਦੇ ਵਿਆਹ 'ਤੇ ਜਾਂਦੇ ਹੋ ਜਦੋਂ ਕਿਸੇ ਦਾ ਵਿਆਹ ਹੁੰਦਾ ਤੁਸੀਂ ਖੁਸ਼ ਵੀ ਹੁੰਦੇ ਹੋ ਵੀ ਸ਼ੁਕਰ ਹੈ ਇਹਨੂੰ ਤਾਂ ਹੁਣ ਖੰਡ ਪੱਤੀ 'ਤੇ ਲੱਗ ਗਿਆ ਹੈ ਅੱਛਾ ਵੇਖੋ ਵੀ ਛੜਾ ਬੰਦਾ ਇੱਡਾ ਸੁਖੀ ਕਿਸੇ ਦੀ ਮਿਸ ਕਾਲ ਨਹੀਂ ਆਉਣੀ ਕਿਸੇ ਨੇ ਫੋਨ ਕਰਕੇ ਇਹ ਨਹੀਂ ਕਹਿਣਾ ਵੀ ਸ਼ਾਮਾਂ ਨੂੰ ਮੇਰੇ ਨਾਲ ਜਾਣਾ ਬਾਜ਼ਾਰ ਲਿਪਸਟਿਕ ਬਿੰਦੀ ਲੈਣ ਬਸ ਸਾਨੂੰ ਤਾਂ ਦੂਏ ਫੋਨ ਆਉਂਦੇ ਆ ਵੀ ਆ ਜਾ ਤਿਆਰ ਆ ਫੋਨ ਕਿੱਥੇ ਫੋਨ ਤਾਂ ਮੈਂ ਘਰ ਛੱਡਿਆ ਜਾਣ ਕੇ ਛੱਡਿਆ ਵਿਆਹੇ ਬੰਦੇ ਦੀ ਇਹ ਵੀ ਪਰੇਸ਼ਾਨੀ ਆ ਨਾ ਵੀ ਜੇ ਫੋਨ ਆ ਗਿਆ ਤੇ ਪਤਾ ਨਹੀਂ ਕਿਹੜੇ ਰਿਸ਼ਤੇਦਾਰ ਦਾ ਹੋਣਾ ਕਿ ਸਾਲੀ ਦਾ ਸਾਂਢੂ ਦਾ ਸਹੁਰੇ ਦਾ ਸੱਸ ਦਾ ਸਾਲੇ ਦਾ ਤੁਹਾਡਾ ਖਾਤਾ ਹੀ ਨੇ ਲਿਆ ਸਭ ਕੁਛ ਸਭ ਆਨੰਦ ਮੰਗਲ ਆਪਣੀ ਜ਼ਿੰਦਗੀ ਜੀ ਰਹੇ ਐਨ ਵਧੀਆ ਬਾਪੂ ਜੀ ਇਹ ਛੜਾ ਸਾਹਿਬ ਵਧੀਆ ਨੇ ਵਧੀਆ ਵਧੀਆ ਕਿਹੜਾ ਰਹਿੰਦਾ ਵਧੀਆ ਵਧੀਆ ਅੱਛਾ ਬਾਪੂ ਜੀ ਤੁਹਾਡਾ ਕੀ ਨਾਮ ਹੈ ਜੀ ਜੱਜ ਸਿੰਘ ਜੱਜ ਸਿੰਘ ਜੱਜ ਲੱਗੇ ਹੋ ਬਾਪੂ ਜੀ ਕਿੰਨੀ ਕਿੰਨੀ ਉਮਰ ਕਿੰਨੀ ਤੁਹਾਡੀ ਘੱਟ ਸਾਲ ਆ ਅੱਛਾ ਦੋ ਘੱਟ ਸਾਲ 98 ਸਾਲ ਦੇ ਹੋ ਗਏ ਵਿਆਹ ਕਦੋਂ ਕਰਾਇਆ ਬਾਪੂ ਜੀ ਤੁਸੀਂ ਹਲਿਆਂ ਤੋਂ ਪਹਿਲਾਂ ਹਲਿਆਂ ਤੋਂ ਪਹਿਲਾਂ ਤੇ ਮਤਲਬ ਤੁਸੀਂ ਕੀ ਮੰਨਦੇ ਹੋ ਵੀ ਛੜੇ ਬੰਦੇ ਦੀ ਜ਼ਿੰਦਗੀ ਵਧੀਆ ਕਿ ਵਿਆਹੇ ਬੰਦੇ ਦੀ ਵਧੀਆ ਛੜੇ ਦੀ ਵਧੀਆ ਤੁਸੀਂ ਵੀ ਦੁਖੀ ਹੋ ਮਤਲਬ ਛੜੇ ਦੀ ਵਧੀਆ ਛੜੇ ਦੀ ਵਧੀਆ ਛੜੇ ਦੀ ਵਧੀਆ ਕਹੇ ਛੜੇ ਦੀ ਕਿਉਂ ਵਧੀਆ ਨਾ ਲੈਣ ਦੇਣਾ ਨਾ ਲੈਣਾ ਆਹ ਕਹਿੰਦਾ ਕਿਆ ਲੈਣਾ ਅੱਛਾ ਜੀ ਹੋਰ ਇਹ ਅੱਛਾ ਤੁਹਾਨੂੰ ਬੀਬੀ ਰੋਟੀ ਪਾਣੀ ਟਾਈਮ ਨਾਲ ਖਵਾ ਦਿੰਦੇ ਸਭ ਕੁਝ ਮਿਲਦਾ ਮੈਨੂੰ ਤੇ ਇਹਨਾਂ ਨੂੰ ਤਾਂ ਨਾ ਮਿਲਦਾ ਵਿਚਾਰਿਆਂ ਨੂੰ ਇਹਨਾਂ ਨੂੰ ਕੋਈ ਖਵਾਉਣ ਵਾਲੀ ਹੈ ਨਹੀਂ ਮਿਲਦਾ ਇਹਨੂੰ ਬਾਹਰੋਂ ਬਾਹਰ ਘਰਾਂ 'ਚ ਮਿਲਦਾ ਇਹਨੂੰ ਅੱਛਾ ਅੱਧੇ ਤੇ ਮਿਲਦਾ ਇਹਨੂੰ ਰੋਟੀ ਵੈਸੇ ਗੱਲ ਕਰਦੇ ਹਾਂ ਜੀਵਨ ਸਾਥੀ ਦਾ ਅਤੇ ਸਾਦੇ ਚਾਹੀਦਾ ਫਰਕ ਤਾਂ ਕੋਈ ਕੱਪੜੇ ਧੋਣ ਵਾਲੀ ਨਹੀਂ ਕੋਈ ਪ੍ਰੈਸ ਕਰਨ ਵਾਲੀ ਨਹੀਂ ਕੋਈ ਪੁੱਛਣ ਵਾਲੀ ਨਹੀਂ ਵੀ ਆ ਗਏ ਜੇ ਚੱਲ ਗਏ ਜੇ ਨਹੀਂ ਠੀਕ ਆ ਜੀਵਨ ਸਾਥੀ ਵਗੈਰ ਉਹਦਾ ਬੰਦਾ ਔਖਾ ਤੇ ਹੁੰਦਾ ਔਖਾ ਵੀ ਆ ਬਸ ਔਖਾ ਵੀ ਆ ਬਸ ਦੋਨੋਂ ਹੀ ਆ ਦੋਨੋਂ ਹੀ ਹਾਂ ਆ ਜਾਓ ਗਾਹ ਸਰਪੰਚ ਸਾਹਿਬ ਅੱਛਾ ਕਹਿੰਦੇ ਨਾ ਖੰਡ ਲਿਆਉਣੀ ਨਾ ਪੱਤੀ ਲਿਆਉਣੀ ਨਾ ਸਬਜ਼ੀ ਲਿਆਉਣੀ ਆਨੰਦ ਮੰਗਲ ਜੋ ਆ ਗਿਆ ਖਾ ਕੇ ਰਾਜੀ ਅੱਗੇ ਆਓ ਬਾਪੂ ਜੀ ਫਿਰ ਅੱਗੇ ਆਓ ਮਾੜਾ ਜਿਹਾ ਅੱਗੇ ਆਓ ਅੱਗੇ ਆਓ ਅੱਗੇ ਅੱਛਾ ਕੌਣ ਭਤੀਜਾ ਇਹ ਭਤੀਜਾ ਜੀ ਤੁਸੀਂ ਆਪਣਾ ਵਿਆਹ ਕਰਾ ਲਿਆ ਚਾਚੇ ਦਾ ਨਹੀਂ ਸੋਚਿਆ ਆਪਣਾ ਬਹੁਤ ਔਖਾ ਹੋਇਆ ਇਹ ਕੀ ਗੱਲ ਆ ਫਾਲਟ ਆ ਫੈਮਿਲੀ 'ਚ ਇੱਧਰ ਹੀ ਪੁੱਛੋ ਜੀ ਪੁੱਛੋ ਨਾ ਬਾਈ ਦੇਖੋ ਦੇਖੋ ਇਹਨਾਂ ਦਾ ਮੇਰੀ ਗੱਲ ਤਾਂ ਸੁਣੋ ਨਹੀਂ ਨਹੀਂ ਕੋਈ ਗੱਲ ਨਹੀਂ ਦੇਖੋ ਚਾਚਾ ਜੀ ਦਾ ਵਿਆਹ ਹੋਇਆ ਨਹੀਂ ਤੁਸੀਂ ਕਰਾ ਲਿਆ ਝੱਟੇ ਹਾਂਜੀ ਘਰਦਿਆਂ ਨੇ ਕਰਾਤਾ ਜ਼ਬਰਦਸਤੀ ਮੈਂ ਤਾਂ ਕਰਾਉਂਦਾ ਨਹੀਂ ਤੁਸੀਂ ਘਰਦਿਆਂ ਨੂੰ ਕਿਹਾ ਨਹੀਂ ਵੀ ਚਾਚਾ ਛੜਾ ਉਹਦਾ ਵੀ ਵਿਆਹ ਕਰ ਦਿਓ ਕਿਹਾ ਸੀ
ਏਦਾਂ ਹੋਇਆ ਜੀ ਵਿਆਹ, ਚਾਚਾ ਰਹਿ ਗਿਆ ਛੜਾ ਤੇ ਭਤੀਜੇ ਨੇ ਲੈ ਲਏ ਨੰਦ। ਹੁਣ ਤੁਸੀਂ ਦੱਸੋ ਵੀ ਤੁਹਾਡੀ ਜ਼ਿੰਦਗੀ ਸੌਖੀ ਕਿ ਚਾਚੇ ਦੀ? ਵਿਆਹ ਵੀ ਸੌਖੀ, ਜ਼ਿੰਦਗੀ ਸੌਖੀ ਆ ਬਿਲਕੁਲ। ਕੀ ਫਾਇਦਾ ਤੁਹਾਨੂੰ? ਸਾਰਾ ਫਾਇਦਾ ਹੀ ਫਾਇਦੇ ਆ ਜੀ, ਸਭ ਕੁਛ। ਹਾਂਜੀ, ਤੇ ਤੁਹਾਨੂੰ ਕਦੀ ਹੁੰਦਾ ਜਿੱਦਾਂ ਕਾਲਜਾ ਜਾਂ ਮੱਚਦਾ ਹੁੰਦਾ ਵੀ ਇਹਦਾ ਹੋ ਗਿਆ ਮੇਰਾ ਨਹੀਂ ਹੋਇਆ? ਕੋਈ ਨਹੀਂ, ਉਹ ਵੀ ਆਪਣੇ ਬੱਚੇ ਆ, ਉਹਦਾ ਕੀ ਆ। ਨਹੀਂ ਨਹੀਂ, ਜਿੱਦਾਂ ਤੁਹਾਡੇ ਹਾਣਦਿਆਂ ਦਾ ਹੁੰਦਾ, ਮਤਲਬ ਬੰਦੇ ਨੂੰ ਹੁੰਦਾ ਨਾ ਇੱਕ, ਮੈਨੂੰ ਕੁਛ ਨਹੀਂ ਹੁੰਦਾ, ਆਪਾਂ ਨੂੰ ਕੁਛ ਨਹੀਂ ਆਉਂਦਾ, ਪਰ ਐਨ ਓਕੇ ਆ, ਓਕੇ ਆਪਾਂ ਨੂੰ। ਹਾਂਜੀ, ਇਹ ਗੇਲਣ ਵਰਗਾ ਦਾ ਪਿਆ, ਜੇ ਹੁੰਦਾ ਹੁੰਦਾ ਬਸ ਕਮਜ਼ੋਰ ਹੋ ਜਾਂਦਾ, ਦੇਖ ਸਰੀਰ ਗੇਲਣ ਵਰਗਾ ਦਾ ਪਿਆ, ਇਹਨੂੰ ਕਿਆ ਹੋਣਾ? ਚਲੋ ਦੇਖੋ, ਕਹਿੰਦੇ ਪਿੰਡ ਦੇ ਵਿੱਚ ਲਓ ਜੀ, ਉਹ ਉਧਰ ਸਰਦਾਰ ਸਾਹਿਬ ਨੇ ਨਾ ਸੰਨੀ ਦਿਓਲ ਵਾਲੀ ਪੱਗ ਬੰਨੀ ਹੈ, ਤਾਰਾ ਸਿੰਘ ਜੀ ਆਏ ਨੇ। ਬਹਿ ਜਾਓ ਬਹਿ ਜਾਓ, ਇੱਧਰ ਭਤੀਜਾ ਜੀ, ਤੁਸੀਂ ਕਿੱਥੇ ਚੱਲੇ ਹੋ? ਸਤਿ ਸ਼੍ਰੀ ਅਕਾਲ ਸਿੰਘ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਜੀ? ਠੀਕ ਹੈ ਜੀ। ਪੱਟ ਲਿਆਂਦਾ ਨਲਕਾ ਫਿਰ ਲਾਹੌਰ ਤੋਂ? ਹਾਂ, ਪੱਟ ਲਿਆਂਦਾ ਪੱਟ ਲਿਆਂਦਾ। ਕਿਵੇਂ ਜੀ ਤੁਹਾਡਾ ਪੂਰਾ ਨਾਮ? ਮੇਰਾ ਨਾਮ ਸੁਰਜੀਤ ਸਿੰਘ ਹੈ ਜੀ। ਸੁਰਜੀਤ ਸਿੰਘ ਜੀ, ਹਾਂਜੀ ਹਾਂਜੀ। ਇਹ ਸ਼ੁਰੂ ਤੋਂ ਇੱਦਾਂ ਹੀ ਬੰਨਦੇ ਹੋ ਪੜਨਾ? ਉਹ ਇੱਦਾਂ ਹੀ ਬੰਨਦਾ ਮੈਂ ਤਾਂ। ਕੀ ਭਵਿੱਖ ਹੈ ਜੀ ਇਹਨਾਂ ਦਾ? ਭਵਿੱਖ ਹੈ ਤਾਂ ਵਧੀਆ ਜੀ। ਵਧੀਆ? ਹਾਂ ਹਾਂ, ਬਹੁਤ ਵਧੀਆ, ਮੌਜ ਕਰਦੇ ਆ। ਤੇ ਤੁਸੀਂ? ਮੈਂ ਵੀ ਮੌਜ ਕਰਦਾ। ਅੱਛਾ, ਹਾਂ ਹਾਂ ਹਾਂ। ਤੁਹਾਡਾ ਵਿਆਹ ਕਦੋਂ ਕੁਝ ਹੋਇਆ ਸੀ? ਮੇਰਾ ਵਿਆਹ 87 'ਚ ਹੋਇਆ। 87 'ਚ? ਹਾਂ। ਕਿਵੇਂ ਗਈ ਸੀ ਬਰਾਤ? ਬਰਾਤ ਪੂਰੀ ਗਈ ਸੀ ਐਨ ਟੌਰ ਨਾਲ। ਕੱਤ ਦੇ ਬਤੇ ਗੱਡੀਆਂ, ਟਰੱਕ, ਬੱਸਾਂ, ਕਾਰਾਂ ਸਭ ਕੁਝ ਲੈ ਗਏ ਤੇ ਆਪਾਂ। ਅੱਛਾ, ਹਾਂ ਹਾਂ ਹਾਂ। ਕਿੰਨਾ ਕੁ ਚਾ ਕਿੰਨਾ ਕੁ ਚਾ ਸੀਗਾ ਜੀ ਜੋ ਤੁਹਾਡਾ ਵਿਆਹ ਸੀ? ਵਿਆਹ ਦਾ ਉਹ ਤਾਂ ਸੇਮ ਹੀ ਹੋਇਆ, ਸਭ ਨੂੰ ਇਹੋ ਜਿਹੀ ਹੁੰਦਾ। ਅੱਛਾ, ਹਾਂ ਹਾਂ, ਹੋਰ ਕਿਆ। ਉਦੋਂ ਫਿਰ ਕੀ ਪਾਇਆ? ਬੋਸਕੀ ਵਾਲਾ ਸੂਟ ਪਾਇਆ ਸੀ? ਨਾ ਨਾ, ਪੈਂਟ ਕਮੀਜ਼ ਪਾਇਆ ਆਪਾਂ। ਹਾਂ ਹਾਂ। ਅੱਛਾ, ਹੁਣ ਰਿਟਾਇਰ ਹੋਏ ਨੇ? ਅੱਛਾ, ਕਿਵੇਂ? ਪਜਾਮੇ ਸਾਡੇ ਬੁਰੇ ਹੋਏ ਤਾਂ ਪੈਂਟੇ ਪਾ ਕੇ ਜਾਊ, ਅਮੀਰ ਬੰਦਾ। ਅੱਛਾ, ਤੁਹਾਡੇ ਸਾਰੇ ਬੰਦੇ ਬੜੇ ਘੈਂਟ ਹੈ? ਹਲੋ, ਬਹੁਤ ਸਾਰੇ ਘੈਂਟ ਆ ਜੀ, ਬਹੁਤ ਸਾਰੇ ਘੈਂਟ ਆ, ਸਾਰਾ ਪਿੰਡੇ ਘੈਂਟ ਆਉਂਦਾ ਇੱਥੇ। ਹਾਂ, ਵਧੀਆ। ਅੱਛਾ, ਇਹਨਾਂ 'ਚੋਂ ਸਭ ਤੋਂ ਜ਼ਿਆਦਾ ਜਿਹੜੇ ਆ ਬਾਪੂ ਜੀ, ਇਹ ਮੈਂ ਜਦੋਂ ਇਹਨਾਂ ਨੂੰ ਆ ਕੇ ਪੁੱਛਿਆ ਸੀ, ਮੈਂ ਬਾਪੂ ਜੀ ਉਮਰ ਕਿੰਨੀ? ਕਹਿੰਦੇ ਹਜੇ 20 ਹੀ ਲੱਗਿਆ ਮੈਨੂੰ। ਨਹੀਂ ਨਹੀਂ, ਇਹ ਤਾਂ 100 ਦੇ ਟੱਪੇ ਪਏ ਆ, 20 ਲੱਗਿਆ ਹੈ, 100 ਦੇ ਟੱਪੇ ਪਏ ਆ ਇਹ। ਨਹੀਂ, ਕਹਿੰਦੇ ਮੈਨੂੰ ਅਜੇ ਜਵਾਨੀ ਹੈ ਨਾ, ਤਾਂ ਮਖੌਲ ਕਰਾਉਣਾ ਤੁਹਾਨੂੰ। ਹਾਂ, ਲਓ ਜੀ ਫਿਰ ਹੁਣ ਆਪਾਂ ਮਾੜਾ ਜਿਹਾ ਉਹਨੂੰ ਘੁੰਮੀਏ, ਉੱਧਰ ਵੀ ਬੜੇ ਚਿਹਰੇ ਬੈਠੇ ਨੇ, ਆਓ ਜੀ ਇੱਧਰ ਚੱਲਦੇ ਹਾਂ ਆਪਾਂ। ਕਿਵੇਂ ਹੋ ਜੀ ਬਾਪੂ? ਸਤਿ ਸ਼੍ਰੀ ਅਕਾਲ, ਇੱਥੇ ਆ ਜਾਓ ਮਾੜਾ ਜਿਹਾ। ਨਹੀਂ, ਤੁਸੀਂ ਆਓ ਅੱਗੇ, ਤੁਸੀਂ ਆਓ। ਹੋਰ, ਤੁਹਾਡਾ ਪੂਰਾ ਨਾਮ ਕੀ ਹੈ ਜੀ? ਹਰਦੇਵ ਸਿੰਘ ਆ ਜੀ। ਹਰਦੇਵ ਸਿੰਘ ਜੀ, ਕੀ ਕਰਦੇ ਹੋ ਤੁਸੀਂ? ਬਈ ਪਹਿਲਾਂ ਤਾਂ ਗੱਡੀ ਚਲਾਉਣ ਦਾ ਵਿਹਲੇ ਹੀ। ਅੱਛਾ ਜੀ, ਗੱਡੀ ਕਿਹੜੀ ਚਲਾਉਂਦੇ ਹੁੰਦੇ ਸੀ? ਗੱਡੀ ਆਪਣੇ ਕੋਲ ਪਹਿਲਾਂ ਅੰਬੈਸਟਰ ਦੀ, ਫਿਰ ਦੂਜੀ ਲਈ ਦੀ। ਅੰਬੈਸਟਰ ਸੀਗੀ? ਉਹ ਵਾਹਵਾ ਨਜ਼ਾਰੇਦਾਰ ਜੀ ਗੱਡੀ ਹੁੰਦੀ ਸੀ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ ਹੁੰਦੀ ਸੀ। ਫਿਲਮਾਂ 'ਚ ਵੀ ਚੱਲਦੀ ਹੁੰਦੀ ਸੀ ਨਾ ਉਦੋਂ? ਹਾਂਜੀ ਹਾਂਜੀ। ਹੀਰੋ ਅੰਬੈਸਡਰ 'ਤੇ ਹੀ ਚੜ੍ਹ ਕੇ ਆਉਂਦਾ ਹੁੰਦਾ ਸੀ?
ਨਾ ਉਸ ਟਾਈਮ ਗੱਡੀ ਮਤਲਬ ਇਹੀ ਸੀ ਜੀ, ਫਿਰ ਉਹਦੇ ਬਾਅਦ ਫੀਐਟ ਸੀ ਐਂਬੈਸਡਰ, ਬਸ ਦੋ ਹੀ ਗੱਡੀਆਂ ਅਤੇ ਬਾਕੀ ਤਾਂ ਸਾਰੀਆਂ ਬਾਅਦ ਮੈਂ ਚੱਲੀਆਂ। ਅੱਛਾ ਬਾਪੂ ਜੀ, ਵੈਸੇ ਜ਼ਿੰਦਗੀ ਕਿਹੋ ਜਿਹੀ ਰਹੀ? ਜ਼ਿੰਦਗੀ ਬਹੁਤ ਵਧੀਆ ਜੀ, ਹੁਣ ਵੀ ਬਹੁਤ ਵਧੀਆ, ਟੌਪ ਵਧੀਆ। ਸਕੂਲ ਟਾਈਮ 'ਤੇ ਕਿੱਦਾਂ ਦੇ ਹੁੰਦੇ ਸੀ ਤੁਸੀਂ, ਸ਼ਰਾਰਤੀ ਕਿ ਸ਼ਰੀਫ? ਬਸ ਦੋ ਗੱਲਾਂ ਸੀ ਜੀ, ਸ਼ਰਾਰਤੀ ਵੀ ਐਂਦਾ ਜੀ ਵੀ ਜੇ ਤਾਂ ਕੋਈ ਮੂਹਰੇ ਦੇ ਸ਼ਰਾਰਤੀ ਟੱਕਰ ਗਿਆ ਫਿਰ ਉਹੋ ਜਿਹੇ ਹੋ ਜਾਂਦੇ ਤੇ, ਜੇ ਆਪਣਾ ਵਧੀਆ ਬੰਦਾ ਟੱਕਰ ਗਿਆ ਉਹੀ ਹੋ ਜਾਂਦੇ ਸੀ। ਕਦੀ ਘਰੋਂ ਕੁੱਟ ਪਈ ਸੀ? ਘਰਾਂ 'ਚ ਇੱਕ ਦੋ ਵਾਰੀ ਪਈ ਆ ਜੀ, ਐਵੇਂ ਕਿ ਚੋਟ ਚੋਟ ਪਾਉਂਦੀ। ਕਿੰਨੇ ਹੱਥ ਸਾਫ਼ ਕੀਤਾ ਸੀ, ਬੀਬੀ ਨੇ ਕਿ ਪਾਪੇ ਨੇ? ਨਾ ਸਾਡਾ ਤਾਂ ਬਾਪੂ ਇਹ ਕਰਦਾ, ਬੀਬੀ ਵਿਚਾਰੀ ਕਿਆ ਕਹਿੰਦੀ, ਬੀਬੀ ਨੇ ਕੁਛ ਵੀ ਕਹਿੰਦੀ, ਬੀਬੀ ਤਾਂ ਪੜ੍ਹਦੀ ਬੁੜਾ ਬੁੜਾ ਬਾਪ ਦਾ। ਅੱਛਾ ਜੀ, ਬਾ ਫਿਰ ਤੁਹਾਨੂੰ ਪਤਾ ਬਾਪੂ ਦੀ ਕੁੱਟ ਕਿਹੜੀ ਯਾਦ ਹੈ, ਬਾਪੂ ਨੇ ਕਾਹਦੇ ਨਾਲ ਕੁੱਟਿਆ ਸੀ? ਬਾਪੂ ਦਾ ਬਾਈ ਜਿਹੜਾ ਕੁਛ ਆ ਜਾਂਦਾ ਤਾਂ ਉਹੀ ਮਾਰਦਾ ਟੂਹੇ ਮਾਂ, ਕਦੀ ਡੰਡੇ ਡੰਡੇ ਕਲੀ ਵੀ ਕੁੱਟਣ ਦਿੰਦਾ, ਕਦੀ ਜੁੱਤੀ ਕਲੀ ਵੀ ਕਟਾਈ ਹੁੰਦੀ ਸੀ, ਫਿਰ ਚੀਕਾਂ ਨਿਕਲਦੇ ਹੋਣੇ, ਹਾਏ ਪਾਪਾ ਮਾਰਤਾ। ਹਾਂ ਹਾਂ, ਤਾਂ ਫਿਰ ਨਿਕਲਦੀ ਹੀ ਆ। ਵਧੀਆ ਬਾਈ, ਸਤਿ ਸ਼੍ਰੀ ਅਕਾਲ ਜੀ। ਹੁਣ ਦੀ ਬਾਈ ਜ਼ਿੰਦਗੀ ਹੁਣ ਨਹੀਂ, ਬੱਚਿਆਂ ਨੂੰ ਕੋਈ ਵੀ ਕੁਛ ਕਹਿੰਦਾ, ਪਹਿਲਾਂ ਤਾਂ ਕੁੜਦੇ ਤੇ ਜੇ ਨਹੀਂ ਟਾਈਮ ਪਰ ਆਏ ਕੱਖ ਨਹੀਂ ਪਾਏ, ਬਲਦਾਂ ਨੂੰ ਪ੍ਰਾਣੀ ਹੁੰਦੀ ਸੀ ਦੇ ਢੋਡਰੇ ਮਾਂ, ਇਹ ਤਾਂ ਗੱਲ ਸਹੀ ਹੈ ਜੀ, ਪਹਿਲਾਂ ਤਾਂ ਮਾਰ ਸੇਕ ਦਿੰਦੇ ਹੁੰਦੇ। ਹਾਂਜੀ ਹਾਂ ਹਾਂ, ਜੇ ਜ਼ਿਆਦਾ ਜੇ ਨਹੀਂ ਚੁੱਪ ਚੁੱਪ ਕਰਦਾ, ਦੋ ਡੰਡੇ ਮਾਰਨੇ ਚੁੱਪ ਕਰਦਾ, ਜੇ ਨਹੀਂ ਚੁੱਪ ਕਰਿਆ ਇੱਕ ਹੋਰ ਸਹੀ, ਫਿਰ ਚੁੱਪ ਕਰਨਾ ਪੈਂਦਾ ਤਾ, ਸਹੀ ਗੱਲ, ਉਹ ਤਾਂ ਕੁੱਟੀ ਜਾਂਦੇ ਨੇ ਜਗ ਤੱਕ ਬਾਈ, ਚੁੱਪ ਨਹੀਂ ਤਾਂ ਕਰਦਾ, ਨਾਲੇ ਕੁੱਟਣਾ ਨਾਲੇ ਚੁੱਪ ਵੀ ਕਰਾਉਂਦਾ। ਬਿਲਕੁਲ, ਨਾਲੇ ਤਾਂ ਐਵੇਂ ਹੁੰਦਾ ਸੀ ਨਾ, ਜੇ ਕੋਈ ਗਲਤੀ ਹੋ ਜਾਣੀ ਉਹਨਾਂ ਨੇ ਜਵਾਕ ਫੈਂਟ ਦੇਣਾ, ਉੱਤੋਂ ਦੀ ਜੇ ਜਵਾਕ ਰੋਣਾ ਉਹਨੂੰ ਫਿਰ ਫੈਂਟ ਦੇਣਾ, ਚੁੱਪ ਕਰਾਉਣ ਲਈ ਫਿਰ ਕੁੱਟਿਆ ਜਾਂਦਾ, ਫਿਰ ਕੁੱਟਿਆ ਜਾਂਦਾ ਜੀ, ਦੋਵੇਂ ਪਾਸੇ ਨੂੰ ਕੁੱਟ ਪੈਂਦਾ, ਧੱਕਾ ਸੀ। ਹਾਂਜੀ ਹਾਂਜੀ, ਧੱਕਾ। ਹੁਣ ਨਹੀਂ ਬਾਈ, ਹੁਣ ਤਾਂ ਬਹੁਤ ਵਧੀਆ, ਨਿਆਣਿਆਂ ਦੀ ਜ਼ਿੰਦਗੀ ਹੈ ਇਸ ਨਾਲ ਗੱਲੇ, ਜਦ ਬੰਦੇ ਅਨਪੜ੍ਹ ਹੁੰਦੇ ਤੇ ਉਹਨਾਂ ਬੱਚੇ ਪੜ੍ਹੇ ਲਿਖੇ ਹੋ ਗਏ, ਗਾਹਾਂ ਨੂੰ ਨਿਆਣੇ ਬੱਚੇ ਛੋਟੇ ਛੋਟੇ ਉਹ ਵੀ ਸਾਰਾ ਕੁਛ ਆਉਂਦਾ। ਹਾਂਜੀ ਹਾਂ ਬਾਈ, ਕਿਵੇਂ ਹੋ? ਠੀਕ ਠਾਕ? ਹਾਂਜੀ ਭਾਜੀ ਜੀ। ਤੁਹਾਡਾ ਪੂਰਾ ਨਾਮ? ਅਵਤਾਰ ਸਿੰਘ ਹੈ ਜੀ। ਕਿਵੇਂ ਲੱਗਦਾ ਇਹਨਾਂ ਸਾਰਿਆਂ ਨਾਲ ਬਹਿ ਕੇ? ਬਹੁਤ ਵਧੀਆ ਲੱਗਦਾ ਜੀ, ਸਾਡਾ ਤਾਂ। ਹਾਂਜੀ ਹਾਂਜੀ, ਅਤੇ ਕੀ ਕਰਦੇ ਹੋ ਤੁਸੀਂ? ਮੈਂ ਸਰਵਿਸ ਕਰਦਾ ਬਾਈ। ਸਰਵਿਸ ਕਰਦਾ? ਕਿਹੜੀ ਜਗ੍ਹਾ? ਨੈਪਰ ਕਰਦਾ, 10 ਫੇਸ। ਅੱਛਾ, 10 ਫੇਸ। ਹਾਂਜੀ ਹਾਂਜੀ, ਵਧੀਆ। ਇਹਨਾਂ ਨਾਲ ਜੋ ਬਹਿ ਕੇ ਤਾਸ਼ ਤੁਸ਼ ਖੇਡਦੇ ਹੋ ਫਿਰ? ਹਾਂਜੀ, ਇਹਨਾਂ ਗੱਲ ਤਾਂ ਫਿਰ ਇਹਨਾਂ ਗੱਲ ਚੱਲਦਾ ਟਾਈਮ ਪਾਸ ਆਉਣਾ। ਇਹਨਾਂ ਦਾ ਸਭ ਤੋਂ ਵਧੀਆ ਕਿੱਸਾ ਕਿਹੜਾ, ਜਿੰਨੇ ਜਾਣੇ ਬਹਿੰਦੇ ਆ, ਸ਼ਰਾਰਤੀ ਕੌਣ ਹੈ ਇਹਨਾਂ ਚੋਂ ਇਸ ਟਾਈਮ 'ਤੇ? ਹਾਂਜੀ, ਬੈਠੇ ਜੀ ਇੱਧਰ ਸ਼ਰਾਰਤੀ ਤਾਰਾ ਸਿੰਘ, ਕੁਲਦੀਪ ਸਾਡਾ ਭਾਈ। ਹਾਂਜੀ ਹਾਂਜੀ। ਅੱਛਾ, ਜਦੋਂ ਆਪਸ 'ਚ ਇਕੱਠੇ ਹੁੰਦੇ ਹੋ, ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰਦੇ ਹੋ, ਜਦੋਂ ਘਰ ਜਾਂਦੇ ਹੋ ਫਿਰ ਹੁੰਦਾ ਨਾ ਯਾਰ ਉਹ ਮਹਿਫਲ ਉੱਤੇ ਵਾਹਵਾ ਨਜ਼ਾਰਾ ਜਿਹਾ ਸੀ? ਹਾਂਜੀ, ਬਸ ਚਾਹ ਪੀ ਕੇ ਫਿਰ ਵਾਪਸ ਜੀ ਆ ਜਾਂਦੇ ਆ, ਉਹਦੇ ਦਿਲ ਲੱਗਦਾ ਸਾਡਾ ਸਾਰਾ ਦਿਨ। ਹਾਂਜੀ, ਇੱਕ ਵਜੇ ਜਾਣਾ, 2 ਵਜੇ ਫਿਰ ਆ ਜਾਣਾ, ਫਿਰ 7 ਵਜੇ ਤੱਕ, ਸ਼ਾਮ ਨੂੰ 7 ਵਜੇ ਤੱਕ। ਬਹੁਤ ਵਧੀਆ ਜੀ। ਲਓ ਜੀ, ਮਾੜਾ ਜਿਹਾ ਫਿਰ ਉਹਨੂੰ ਘੁੰਮਦੇ ਹਾਂ, ਇਹ ਜਿਹੜੇ ਸ਼ਰਾਰਤੀ ਜਵਾਕ ਨੇ, ਸਰਦਾਰ ਕੁਲਦੀਪ ਸਿੰਘ ਜੀ ਅੱਗੇ ਆਓ ਜੀ। ਨਾ ਜੀ ਨਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਠੀਕ ਠਾਕ? ਵਧੀਆ ਜੀ। ਕਿਵੇਂ ਲੰਘਦਾ ਮਾਹੌਲ? ਵਧੀਆ ਲੰਘਦਾ ਜੀ। ਪਹਿਲਾਂ ਤੁਹਾਡਾ ਮੈਂ ਵੈਲਕਮ ਕਰਦਾ, ਪ੍ਰਾਈਮ ਏਸ਼ੀਆ ਟੀਮ ਦਾ, ਪਰਮਵੀਰ ਦਾ, ਤੁਹਾਡਾ ਬਹੁਤ ਵਧੀਆ, ਧੰਨਵਾਦ। ਤੁਸੀਂ ਸਾਡੇ ਪਿੰਡ ਜਾ ਕੇ ਸ਼ੂਟ ਕੀਤਾ, ਬਹੁਤ ਵਧੀਆ ਲੱਗਿਆ ਜੀ ਭਾਅ ਜੀ। ਹੋਰ ਠੀਕ ਠਾਕ ਹੋ? ਵਧੀਆ, ਮੌਜਾਂ ਨੇ, ਬਸ ਠੀਕ, ਤੁਹਾਨੂੰ ਦੇਖ ਕੇ ਖੁਸ਼ ਹੋ ਲਈਦਾ। ਵਧੀਆ ਭਾਅ ਜੀ, ਧੰਨਵਾਦ ਆ ਜੀ ਤੁਹਾਡਾ। ਅੱਛਾ, ਤੁਸੀਂ ਜਦੋਂ ਸਕੂਲ ਪੜ੍ਹਦੇ ਹੁੰਦੇ ਸੀਗੇ, ਅਤੇ ਅੱਜ ਕੱਲ੍ਹ ਜਦੋਂ ਕਹਿ ਲਓ 10 ਕੁ ਸਾਲ ਪਿੱਛੇ ਚੱਲ ਜਾਈਏ, ਤਾਂ ਜਵਾਕਾਂ ਨੂੰ ਨਾ ਸਕੂਲ ਜਾਣ ਲਈ ਠਾਓ ਨਾ, ਅਤੇ ਉਹ ਵਿਚਾਰੇ ਕਰਦੇ ਹੁੰਦੇ, ਨਹੀਂ ਮੈਂ ਨਹੀਂ ਜਾਣਾ, ਮੇਰਾ ਢਿੱਡ ਦੁਖਦਾ, ਮੇਰਾ ਐਂ ਹੋ, ਤੁਸੀਂ ਇਹੋ ਜਿਹੀਆਂ ਸ਼ਰਾਰਤਾਂ ਕਰਦੇ ਹੁੰਦੇ ਆਪਣੇ ਟਾਈਮ 'ਤੇ? ਕਦੇ ਨਹੀਂ ਕੀਤਾ ਹੈਗਾ ਜੀ, ਫੌਜੀ ਸਾਹਿਬ ਅਤੇ ਫਾਦਰ ਸਾਹਿਬ, ਫਿਰ ਡੰਡਾ ਦੀ, ਹਾਂ ਉਹ ਦਿਖਦਾ ਸੀਗਾ ਡੰਡਾ ਜੀ, ਫਿਰ ਤਾਂ ਕਰਕੇ ਨਹੀਂ ਫਿਰ ਕਰਿਆ ਜੀ ਉਹ। ਅੱਛਾ ਜੀ, ਕਿੰਨੀ ਕੁ ਵਾਰੀ ਕੁੱਟ ਪਈ ਫਿਰ? ਕੁੱਟ ਤਾਂ ਪੈਂਦੀ ਉਹ ਰਹਿੰਦੀ ਤੀ ਜੀ, ਕੁੱਟਦੇ ਸੀਗੇ, ਸਾਡੇ ਭਲੇ ਵਾਸਤੇ ਕੁੱਟਦੇ ਸੀਗੇ, ਬਸ ਪੜ੍ਹ ਲਏ ਜੀ ਫਿਰ ਮਾੜਾ
ਕਦੀ ਮਾਂ ਦੀ ਬੁੱਕਲ 'ਚ ਜਾ ਕੇ ਬਚੇ ਵੀ ਸੀ ਕਿ ਮੰਮੀ ਅੱਜ ਬਚਾ ਲਾ? ਉਹ ਤਾਂ ਬਚਾਉਂਦੀ ਸੀਗੀ, ਪਰ ਉਹਨੂੰ ਵੀ ਫਿਰ ਤੁਹਾਨੂੰ ਪਤਾ ਫਿਰ ਫੌਜੀ ਬੰਦਾ ਹਟਦਾ ਜੀ ਕਿਤੇ, ਉਹ ਫਾਦਰ ਸਾਹਿਬ ਫਿਰ ਉਹ ਵੀ ਵਿਚਾਰੀ ਕਹਿ ਦਿੰਦੀ ਵੀ ਆਪੇ ਹੀ ਬਚ ਲਾ ਜੀ, ਬਚ ਹੁੰਦਾ ਜੀ, ਮੇਰਾ ਵੀ ਨਾਲ ਤਵਾ ਲਾ। ਠੀਕ ਹੈ, ਧੰਨਵਾਦ ਜੀ। ਲਓ ਜੀ, ਸਾਰੇ ਹੀ ਬੰਦੇ ਆਪਣੇ ਗੁੱਡ ਨੇ ਇੱਥੇ। ਬਾਪੂ ਜੀ ਹੋਣੀ, ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਜੀ? ਠੀਕ ਠਾਕ? ਠੀਕ ਠਾਕ। ਤੁਹਾਡਾ ਪੂਰਾ ਨਾਮ ਕੀ ਹੈ ਜੀ? ਸੁਖਦੇਵ ਸਿੰਘ। ਸੁਖਦੇਵ ਸਿੰਘ ਜੀ, ਕਿਵੇਂ ਰਹੀ ਜ਼ਿੰਦਗੀ ਦੀ ਗਾਥਾ? ਬਹੁਤ ਵਧੀਆ ਲੱਗੀ। ਕੀ ਕਰਦੇ ਸੀਗੇ ਤੁਸੀਂ? ਮੈਂ ਪਹਿਲਾਂ PAP ਸੀਗਾ। ਅੱਛਾ ਜੀ, PAP ਉੱਥੋਂ ਰਿਟਾਇਰ ਹੋਇਆ ਫਿਰ। ਓਕੇ ਜੀ। ਉਹ ਵਾਲੀ ਜ਼ਿੰਦਗੀ ਅਤੇ ਆਹ ਵਾਲੀ ਜ਼ਿੰਦਗੀ 'ਚ ਕਿੰਨਾ ਕੁ ਫਰਕ ਹੈ? ਬਹੁਤ ਫਰਕ ਹੈ। ਕੀ ਫਰਕ ਹੈ? ਕੀ ਫਰਕ ਹੈ? ਮੈਂ ਇੱਥੇ ਲੱਗਿਆ, ਮੈਂ ਇੱਥੇ ਸੇਵਾ ਕਰਦੇ ਹਾਂ ਇੱਥੇ ਦਰਬਾਰ 'ਤੇ। ਅੱਛਾ ਜੀ। ਬਸ ਬੈਠੇ ਆਰਾਮ ਨਾਲ, ਮੌਜ ਮੇਲਾ ਕਰ ਰਹੇ ਹਾਂ। ਬਹੁਤ ਵਧੀਆ। ਬਸ ਅੱਛਾ ਜੀ, ਇਹ ਜਿਹੜੇ ਬਾਪੂ ਜੀ ਬੈਠੇ ਨੇ ਆਪਣੇ, ਇਹ ਕਹਿੰਦੇ ਮੈਂ ਹੱਲਿਆਂ ਤੋਂ ਪਹਿਲਾਂ ਵਿਆਹ ਕਰਾਇਆ, ਹੈ ਨਾ, ਪਹਿਲਾਂ ਦਾ ਹੋਇਆ। ਇਸ ਪੀੜ੍ਹੀ 'ਚ ਅਤੇ ਤੁਹਾਡੇ 'ਚ ਕਿੰਨਾ ਕੁ ਫਰਕ ਹੈ? ਤੁਹਾਡੀ ਏਜ ਕਿੰਨੀ, ਉਹਨਾਂ ਦੀ ਕਿੰਨੀ? ਬਹੁਤ ਫਰਕ ਆ ਜੀ, ਸਾਡੀ 15-20 ਸਾਲ ਦਾ ਫਰਕ ਆ। 15-20 ਸਾਲ ਦਾ ਫਰਕ। ਤੁਹਾਡਾ ਵਿਆਹ ਕਦੋਂ ਹੋਇਆ ਸੀ? 64 'ਚ। 64 'ਚ ਹੋਇਆ ਸੀ, ਮਤਲਬ ਉਸ ਟਾਈਮ ਵੀ ਕਾਫੀ ਐਡੀ ਜਾਗਰੂਕਤਾ ਤਾਂ ਸ਼ਾਇਦ ਨਹੀਂ ਸੀ, ਹੈ ਨਾ। ਕਾ ਤੁਹਾਡੀ ਬਰਾਤ ਕਾਹਤੇ ਗਈ ਸੀ? ਗੱਡੀਆਂ ਦੇ, ਰਥਾਂ ਦੇ। ਰਥਾਂ ਦੇ? ਹਾਂ। ਕਿੱਥੇ ਗਈ ਸੀ ਬਰਾਤ? ਚੁੰਗੀਆਂ। ਅੱਛਾ ਜੀ, ਥੋੜ੍ਹਾ ਜਿਹਾ ਮਾਹੌਲ ਦੱਸੋ ਵੀ ਉਸ ਵੇਲੇ ਵਿਆਹ ਦਾ ਮਾਹੌਲ ਕਿਵੇਂ ਦਾ ਹੁੰਦਾ ਸੀ? ਡੋਲੀ ਲੈਣ ਜਾਂਦੇ ਸੀ, ਰਾਤ ਰਹਿੰਦੇ ਸੀ, ਕੀ ਸਿਸਟਮ ਹੁੰਦਾ ਸੀ? ਦੋ ਰਾਤਾਂ ਰਹਿੰਦੇ ਸੀ। ਅੱਛਾ, ਦੋ ਰਾਤਾਂ ਰੱਖਦੇ ਸੀ, ਹੁਣ ਤਾਂ 2 ਘੰਟੇ ਨਹੀਂ ਰੱਖਦੇ ਬਰਾਤ, ਕਿਤੇ 2 ਘੰਟੇ ਕੁੰਡਾ ਕਰਦੇ ਹੁਣ, ਰਹਿੰਦੇ ਨਹੀਂ, ਟਾਈਮ ਹੈ ਨਹੀਂ ਹੁਣ, ਟਾਈਮ ਨਹੀਂ, ਉਹਦੇ ਵਿਹਲੇ ਹੁੰਦੇ ਸੀਗੇ। ਅੱਛਾ ਬਾਪੂ ਜੀ, ਉਦੋਂ ਖਾਣ ਪੀਣ ਨੂੰ ਵਰਾਇਟੀਆਂ ਕਿਹੋ ਜਿਹੀਆਂ ਹੁੰਦੀਆਂ ਸੀ ਬਰਾਤ 'ਚ, ਵਿਆਹ 'ਚ? ਸਾਰੇ ਹੁੰਦੇ ਲੱਡੂ, ਮਠਿਆਈ ਪੂਰੀ ਹੁੰਦੀ, ਉਦੋਂ ਗਿਣਦੇ ਹੁੰਦੇ ਕਿੰਨੇ ਭਾਂਤ ਦੀ ਮਿਠਾਈ ਪਾਈ ਆ। ਅੱਛਾ, ਕੋਈ 7 ਭਾਂਤ ਦੀ, ਕੋਈ 5 ਭਾਂਤ ਦੀ, ਇਸ ਤਰ੍ਹਾਂ ਗਿਣਦੇ ਹੁੰਦੇ ਸੀ। ਪ੍ਰਾਹੁਣੇ ਦੀ ਟੌਰ ਕਿੰਨੀ ਕੁ ਹੁੰਦੀ ਸੀ ਉਦੋਂ? ਚੰਗੀ ਹੁੰਦੀ ਸੀ, ਜਿਹੜੇ ਹੁਣ ਜਿਹੜੇ ਸਰਵਿਸ ਕਰਦੇ ਹੋ ਚੰਗੀ ਹੁੰਦੇ ਉਹਨਾਂ 'ਚ ਤਾਂ, ਬਾਕੀ ਤਾਂ ਫਿਰ ਇੱਦਾਂ ਹੀ ਹੁੰਦੇ, ਪਜਾਮੇ ਕੀ ਵੀ ਹੁੰਦੇ ਉਸ ਟਾਈਮ 'ਤੇ। ਅੱਛਾ ਜੀ, ਪੈਂਟਾਂ ਪੁੰਟਾਂ ਹੋਣਗੇ। ਅੱਛਾ, ਲੱਡੂ ਕਿਸ ਤਰ੍ਹਾਂ ਖਾਂਦੇ ਹੁੰਦੇ ਸੀ? ਲੱਡੂ ਜਿਹਾ ਖਾਂਦੇ, ਗੋਲ ਹੁੰਦੇ ਸੀ ਲੱਡੂ। ਕਹਿੰਦੇ ਸਾਨੂੰ ਇੱਕ ਬਾਪੂ ਜੀ ਦੱਸਦੇ, ਕਹਿੰਦੇ ਮੇਰੇ ਸੰਧਾਰੇ ਦੇ ਲੱਡੂ ਆਏ ਸੀ, ਘਰਦਿਆਂ ਨੇ ਨਾ ਟਰੰਕ 'ਚ ਰੱਖੇ ਸੀ ਤਾਲਾ ਲਾ ਕੇ, ਕਹਿੰਦੇ ਮੈਂ ਰਾਤ ਉਹਦੀ ਚਾਬੀ ਕੁੰਜੀ ਕੱਢ ਕੇ ਖੋਲ ਕੇ ਸਾਰੇ ਖਾ ਗਿਆ। ਹਾਂ, ਬੇਇੱਜ਼ਤੀ ਹੁੰਦਾ ਫਿਰ, ਮੇਰੇ ਸਹੁਰਿਆਂ ਦੇ ਲੱਡੂ ਮੈਂ ਹੀ ਖਾਣੇ। ਉਹਦੇ ਖਾਂਦੇ ਵੀ ਬਹੁਤ ਸੀਗੇ। ਅੱਛਾ, ਆ ਮਿੱਠਾ ਬਹੁਤ ਖਾਂਦੇ ਸੀਗੇ ਵੀ। ਸਾਡੇ ਗਿਆ ਸੀਗਾ, ਉਹ 28 ਜੋੜੇ ਲੱਡੂ ਖਾ ਗਏ, 28 ਜੋੜੇ ਲੱਡੂਆਂ ਦੇ ਖਾ ਗਿਆ, ਘੇਰ ਲੈਂਦੇ ਸੀਗੇ ਬਰਾਤੀ ਨੂੰ, ਜਿਹੜਾ ਆਪਦੇ ਵਰਤਾਉਣ ਵਾਲਾ ਵੀ ਇੱਥੇ ਪਾ, ਖੜ ਜਾ ਵੀ, ਖਾਈ ਜਾਂਦੇ ਸੀ ਲੱਡੂ। ਅੱਛਾ ਬਾਪੂ ਜੀ, ਇੱਕ ਚੀਜ਼ ਦੱਸੋ, ਪਹਿਲੇ ਟਾਈਮ 'ਚ ਵਿਆਹਾਂ ਦੇ ਵਿੱਚ, ਹੁਣ DJ ਤਾਂ ਹੁਣ ਚੱਲਿਆ, ਕਹਿੰਦੇ ਪਹਿਲਾਂ ਜਦੋਂ ਬਰਾਤ ਜਾਂਦੀ ਸੀ ਜਿਹੜੇ ਪਿੰਡ 'ਚ ਜਾਂਦੀ ਸੀ, ਉੱਥੇ ਪੈਲੀਆਂ 'ਚ ਵੜ ਕੇ ਉਹ ਹੀ ਭੰਗੜਾ ਪਾਉਂਦੇ ਹੁੰਦੇ ਸੀ, ਉਹਦੇ ਨਾਲ ਉਹ ਹੀ ਪਹੁੰਚ ਗਏ, ਬਾਜਿਆਂ ਨਾਲ, ਬਾਜਿਆਂ ਨਾਲ ਜਾਂ ਸਪੀਕਰ ਹੁੰਦੇ, ਬਸ ਲਾਊਡ ਸਪੀਕਰ ਹੁੰਦਾ, ਉਹਦੇ ਹੋਰ ਕੁਛ ਨਹੀਂ ਹੁੰਦਾ ਸੀ। ਉਦੋਂ ਜਦੋਂ ਖੁੱਲ੍ਹੇ ਕੱਪੜਿਆਂ ਦਾ ਰਿਵਾਜ ਜਿਹਾ ਹੁੰਦਾ ਸੀ, ਉਦੋਂ ਵਾਹ ਵਾਹ ਕਹਿੰਦੇ ਬਰਾਤੀ ਬੜੇ ਖੁਸ਼ ਹੁੰਦੇ ਸੀ, ਅੱਜ ਕੱਲ੍ਹ ਤਾਂ ਬਰਾਤੀ ਗਾਹ ਨਹੀਂ ਹੁੰਦੇ, ਉਸ ਟਾਈਮ 'ਤੇ ਤਾਂ ਕਹਿੰਦੇ ਬਰਾਤੀਆਂ ਨੂੰ ਬਹੁਤ ਚਾਅ ਹੁੰਦਾ ਸੀ। ਉਦੋਂ ਬਰਾਤੀਆਂ ਨੂੰ ਦੇਖਦੇ ਬਹੁਤ ਸੀ, ਪਿੰਡ ਜਾ ਸਾਰਾ ਪਿੰਡ ਦੇਖਣਾ ਸੀਗਾ ਵੀ ਬਰਾਤ ਆਈ ਆ। ਕਹਿੰਦੇ ਜਿਹੜਾ ਪਿੰਡ ਦਾ ਮਤਲਬ ਘਰ ਦਾ ਕਿਸੇ ਦਾ ਜਵਾਈ, ਉਹ ਪੂਰੇ ਪਿੰਡ ਦਾ ਜਵਾਈ ਬੰਨਿਆ ਜਾਂਦਾ ਉਸ ਟਾਈਮ 'ਤੇ। ਹਾਂ, ਉਸ ਟਾਈਮ ਸਾਡੇ ਪਿੰਡ ਦਾ ਜਵਾਈ ਆ, ਜਿਹੜੀ ਪਿੰਡ ਦੀ ਕੁੜੀ ਹੈ ਸਾਡੇ ਪਿੰਡ ਦੀ ਕੁੜੀ ਹੁੰਦੀ ਸੀ ਉਹ, ਅੱਜ ਕੱਲ੍ਹ ਤਾਂ ਹੈ ਨਹੀਂ ਉਹ। ਅੱਜ ਕੱਲ੍ਹ ਤਾਂ ਗੁਆਂਢ ਵਾਲਿਆਂ ਦੀ ਕੁੜੀਆਂ ਕੋ ਕੁੜੀ ਨਹੀਂ ਸਮਝਦਾ, ਆਪਣੇ ਨੇ ਕੋਈ ਸਮਝਦਾ, ਹੁਣ ਟਾਈਮ ਖਤਮ ਹੋ ਗਿਆ, ਮਾਹੌਲ ਖਤਰਨਾਕ ਹੋ ਰਿਹਾ, ਪਹਿਲਾਂ ਸੱਚਾਈ ਸੀ, ਹੁਣ ਸੱਚਾਈ ਕੋਈ ਨਹੀਂ, ਸਭ ਝੂਠ ਚੱਲਦਾ, ਸਭ ਝੂਠ ਚੱਲਦਾ। ਪਹਿਲਾਂ ਬਜ਼ੁਰਗਾਂ ਦਾ ਡਰ ਹੁੰਦਾ ਸੀਗਾ, ਹੁਣ ਡਰ ਕੋਈ ਨਹੀਂ, ਹੁਣ ਬੱਚਿਆਂ ਤੋਂ ਬਜ਼ੁਰਗ ਡਰਦੇ ਨੇ, ਪੁੱਛਦਾ ਕੋਈ ਨਹੀਂ ਬਜ਼ੁਰਗਾਂ ਨੂੰ, ਹੁਣ ਕੋਈ ਨਹੀਂ ਪੁੱਛਦਾ, ਪਹਿਲੇ ਪੁੱਛਦੇ ਸੀਗੇ, ਹੁਣ ਤਾਂ ਇੱਕ ਨਿਆਣਾ ਉਹ ਵੀ ਬਾਹਰ ਭੱਜ ਜਾਂਦਾ, ਬਸ ਇਹ ਨਹੀਂ ਦੇਖਦੇ ਵੀ ਪਿੱਛੇ ਬਜ਼ੁਰਗ ਆ, ਉਹਨਾਂ ਦਾ ਖਿਆਲ ਕੌਣ ਰੱਖੂ, ਸਵਾਲ ਹੀ ਪਿਆ ਹੁੰਦਾ ਪੁੱਛਦੇ ਪਿੱਛੇ।
ਬਾਹਰੋਂ ਦੀ ਜ਼ਿੰਦਗੀ ਆਪਣੀ ਆ, ਪਿੱਛੇ ਜੋ ਮਰਜ਼ੀ ਆਉਂਦਾ ਹੋਈ ਜਾਏ। ਫਿਰ ਹੁਣ ਅੱਜ ਦੇ ਜਵਾਕਾਂ 'ਚ ਕਮੀ ਕੀ ਲੱਗਦੀ ਬਾਪੂ ਜੀ ਤੁਹਾਨੂੰ, ਕਿਹੜੀ ਚੀਜ਼ ਤੋਂ ਵਾਂਝੇ ਰਹਿ ਗਏ ਜਿਹੜਾ ਇਹ ਉਸ ਰਾਹ 'ਤੇ ਨਹੀਂ ਤੁਰ ਸਕੇ, ਕੀ ਲੱਗਦਾ ਤੁਹਾਨੂੰ? ਜਿਹੜੀ ਜਿਹੜੀ ਸਿੱਖਿਆ ਦਿੱਤੀ ਇਹਨਾਂ ਨੇ ਵੀ ਜਿਹੜੀ ਹੈ ਨਾ, ਇੱਥੇ ਜ਼ਰੂਰਤ ਆਪਾਂ ਨੂੰ ਇੱਥੇ ਰਹੋ, ਠੀਕ ਨਹੀਂ ਨਾ, ਇਕੱਲੀ ਸਿਰੇ ਪੜ੍ਹਾਈ ਹੋ ਗਈ, ਪੜ੍ਹਾਈ ਕਰੋ ਅਤੇ ਬਾਹਰ ਜਾਓ ਬਸ। ਕੋਈ ਮੈਂ ਜਿਹੜੇ ਹੈ ਨਾ ਸਿਆਣੇ, ਕੋਈ ਨਹੀਂ ਦਾ ਕਹਿੰਦਾ, ਕੋਈ ਨਹੀਂ ਪੁੱਛਦਾ ਕਿ ਭਾਈ ਖਾਈ ਬੱਚੇ ਜੀ ਕਿੱਕਾ ਹੁੰਦਾ ਤੋਂ, ਪਹਿਲੇ ਬੱਚੇ ਚਾਰ ਚਾਰ ਪੰਜ ਪੰਜ ਹੁੰਦੇ ਸੀਗੇ, ਹੁਣ ਤਾਂ ਇੱਕ ਇੱਕ ਵੀ ਬਾਹਰ ਨੂੰ ਭੱਜ ਜਾਂਦਾ। ਬਿਲਕੁਲ। ਅਤੇ ਜਿਹੜਾ ਪਹਿਲਾਂ ਇੱਦਾਂ ਸੱਥਾਂ 'ਚ ਬੈਠਦੇ ਸੀ, ਕਹਿੰਦੇ ਪਿੰਡ ਦੇ ਫੈਸਲੇ ਜਿਹੜੇ ਨਾ ਪਿੰਡ 'ਚ ਹੀ ਨਿਬੜ ਜਾਂਦੇ ਸੀ, ਥਾਣੇ ਕਚਹਿਰੀ ਨਹੀਂ ਜਾਣਾ ਪੈਂਦਾ ਸੀ, ਉਹ ਚੀਜ਼ਾਂ ਖਤਮ ਹੋਈਆਂ ਨੇ। ਉਸ ਟਾਈਮ 'ਤੇ ਸਭ ਮੰਨਦੇ ਸੀ ਇੱਕ ਦੂਜੇ ਦੀ, ਠੀਕ ਨਹੀਂ, ਹੁਣ ਮੰਨਦਾ ਕੋਈ ਨਹੀਂ, ਹੁਣ ਆਪਣੀ ਆਪਣੀ ਹੈ ਬਸ, ਆਪਣੀ ਆਪਣੀ। ਵਾਕਿਆ ਬਾਈ ਬਾਪੂ ਜੀ ਦੀਆਂ ਗੱਲਾਂ ਹੋ ਸਕਦਾ ਕੌੜੀਆਂ ਜ਼ਰੂਰ ਹੋਣ, ਪਰ ਹੈ ਜਿਹੜਾ ਹੈ ਨਾ ਉਹ ਬਿਲਕੁਲ ਸੱਚ ਹੈ। ਇੱਕ ਬਾਪੂ ਜੀ ਨਾ ਉਹ ਉੱਧਰ ਇਕੱਲੇ ਬੈਠੇ ਨੇ, ਹੈ ਨਾ, ਹਾਂ, ਅੱਛਾ, ਉਹਨਾਂ ਨੂੰ ਨਹੀਂ ਉਹ, ਹਾਂ, ਕੋਈ ਨਹੀਂ ਬਾਪੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਦਾਂ ਹੀ ਠੀਕ ਠਾਕ? ਹਾਂ, ਠੀਕ ਹੈ। ਪੱਗ ਐਂ ਬੜੀ ਠੋਕ ਕੇ ਬੰਨੀ, 11 ਸਾਲ ਸਕੂਲ 'ਚ ਲਾਏ, ਪੱਗ ਬੰਨਣੀ ਵੀ ਸਿੱਖੂਗੇ ਮੇਰੇ। ਹਾਂ ਹਾਂ ਹਾਂ, ਤੁਹਾਡਾ ਪੂਰਾ ਨਾਮ ਕੀ ਹੈ ਜੀ? ਸਰਦਾਰ ਰਣਜੀਤ ਸਿੰਘ। ਅੱਛਾ ਜੀ, ਕਿਵੇਂ ਜੀ ਰਹੀ ਜੀ ਜ਼ਿੰਦਗੀ ਫਿਰ? ਬਹੁਤ ਵਧੀਆ ਜੀ, ਬਹੁਤ ਵਧੀਆ ਰਹੀ। ਹਾਂਜੀ ਹਾਂ, ਕੀ ਕਰਦੇ ਸੀ ਤੁਸੀਂ? ਖੇਤੀਬਾੜੀ ਜੀ, ਖੇਤੀਬਾੜੀ। ਹਾਂਜੀ, 12 ਸਾਲ ਦੇ ਹਲ ਦਾ ਮੁੰਡਾ ਫੜਿਆ ਹੋਵੇ, ਚਾਚਾ ਜੀ ਬੈਠੇ ਨੂੰ ਪਤਾ। ਹਾਂ, ਇਹਨੂੰ ਸਾਰਾ ਕੁਝ ਪਤਾ। ਚਾਚਾ ਜੀ ਇੱਧਰ ਆਓ, ਤੁਸੀਂ ਫਿਰ ਤਾਸ਼ ਖੇਡਣ ਲੱਗ ਪਏ ਹੋ, ਇੱਧਰ ਤਾਂ ਆਓ। ਜਾਣੀ ਪੈਣੀ ਆ, ਮੜੀਆ ਮੈਂ ਵੀ ਝਲਕਣੀ ਪੈਣੀ ਤਾਸ਼ ਦੇ ਹੱਥ ਬਈ, ਗੈਲ ਜਾਊਂਗੀ। ਹਾਂ, ਖਬਰ ਚਾਰ ਚਾਰ। ਚਾਚਾ ਜੀ ਇੱਥੇ ਆਓ। ਅੱਛਾ, ਤੁਸੀਂ ਇਹਨਾਂ ਬਾਰੇ ਦੱਸੋ, ਇਹ ਤੁਹਾਡੇ ਬਾਰੇ ਦੱਸਣਗੇ? ਇਹਨਾਂ ਬਾਰੇ ਮੈਂ ਨਹੀਂ ਦੱਸਦਾ, ਇਹ ਮੇਰੇ ਬਾਰੇ ਦੱਸ ਸਕਦੇ ਕਿ ਇਹ ਸਾਥੇ ਬੜੇ ਆ ਬਹੁਤ। ਉਹ ਤਾਂ ਇਹਨਾਂ ਦੀ ਖਾਸ ਚੀਜ਼ਾਂ ਕਿਹੜੀਆਂ ਨੇ? ਇੱਕ ਤਾਂ ਇਹਨਾਂ ਨੇ ਆਪਣਾ ਨਾਂ ਅੱਧਾ ਲਿਖਾਇਆ। ਅੱਛਾ, ਸਭ ਤੋਂ ਪਹਿਲੀ ਗੱਲ ਤਾਂ ਜੈਲਦਾਰ ਜੱਜ ਸਿੰਘ ਇਹਦੇ ਨਾਂ। ਅੱਛਾ ਜੀ, ਜੈਲਦਾਰ ਕੱਟਤੇ ਇਹਨਾਂ। ਅੱਛਾ, ਹਾਂ, ਇਕੱਲਾ ਜੱਜ ਸਿੰਘ, ਜੱਜ ਸਿੰਘ ਲਿਖਾਤੇ ਆ, ਜੈਲਦਾਰ ਜੱਜ ਸਿੰਘ ਇਹਦਾ ਨਾਂ ਅਸਲ। ਅੱਛਾ ਜੀ, ਜੈਲਦਾਰਾਂ ਦਾ ਟੱਬਰ ਹੈ। ਹਾਂ, ਇੱਕ ਘਰ ਹੈਗਾ ਜੈਲਦਾਰਾਂ ਦਾ। ਅੱਛਾ ਜੀ। ਹਾਂਜੀ ਹਾਂ, ਪਹਿਲੇ ਦਿਨ ਤਾਂ ਜੀ ਚੰਗਾ ਵਧੀਆ ਪਰਿਵਾਰ ਆ। ਵੈਸੇ ਤਾਂ ਸਾਡਾ ਪਿੰਡ ਏ ਬਹੁਤ ਵਧੀਆ ਜੀ, ਇੱਕ ਨੰਬਰ 'ਤੇ, ਪਹਿਲਾਂ ਪਟਿਆਲੇ ਜ਼ਿਲ੍ਹੇ 'ਚ, ਅੱਜ ਮੋਹਾਲੀ ਜ਼ਿਲ੍ਹੇ 'ਚ। ਕੋਈ ਮਤਲਬ ਪੜ੍ਹੇ ਲਿਖੇ ਬੰਦੇ ਸਾਡੇ ਇੰਨੇ ਆ, ਕੈਪਟਨ ਤੱਕ, ਕੈਪਟਨ ਤਾਂ ਬਹੁਤ, ਸੂਬੇਦਾਰਾਂ ਦੇ ਧੰਨ 'ਤੇ ਕੋਈ ਨਹੀਂ। ਅੱਛਾ ਜੀ। ਇੱਕ ਸਾਡਾ ਜੀ ਪਟਿਆਲੇ ਪਰਿਵਾਰ ਬੈਠਿਆ, ਉਹ ਮਤਲਬ ਗੁਰਸੇਵਕ ਸਿੰਘ ਤਾਂ ਉਹਦੇ ਨਾਲ। ਅੱਛਾ ਜੀ। ਹਾਂ, ਉਹ ਪ੍ਰੋਫੈਸਰ ਅਤੇ ਪ੍ਰਿੰਸੀਪਲ ਉਹਨੇ, ਪ੍ਰਿੰਸੀਪਲ ਅਤੇ ਉਹਦਾ ਹਾਕੀ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਬੋਰਡ ਬੈਠਦਾ, ਉਹਦੇ ਵੀ ਮੈਂਬਰ ਦਾ। ਅੱਛਾ ਜੀ। ਮਤਲਬ ਪਿੰਡ ਦਾ ਕੋਈ ਬੰਦਾ ਇਹੋ ਜਿਹਾ ਨਹੀਂ ਹੈ, ਮਤਲਬ ਬਹੁਤ ਵਧੀਆ ਪਿੰਡ ਆ, ਪੜ੍ਹੇ ਲਿਖੇ ਬਹੁਤ ਆ, ਜਿਹੜੇ ਘੱਟ ਪੜ੍ਹੇ ਹੋਏ ਤਾਂ ਸਿੱਧੇ ਫੌਜ ਵਿੱਚ ਭਰਤੀ ਹੋ ਗਏ। 80% ਲੋਕ ਸਾਡੇ ਮੁਲਾਜ਼ਮ 80% ਖੇਤੀਬਾੜੀ ਆਰਤੀ ਬੜੀ, ਖੇਤੀਬਾੜੀ ਬਹੁਤ ਵਧੀਆ ਜੀ, ਮਤਲਬ ਸਭ ਲੋਕ ਬਹੁਤ ਕੰਮ ਕਰਦੇ ਆ ਵਧੀਆ ਜੀ। ਪਿੰਡ ਤਾਂ ਤੁਹਾਡਾ ਬਹੁਤ ਸੋਹਣਾ ਜੀ, ਬਹੁਤ ਵਧੀਆ ਪਿੰਡ ਹੈ, ਬਹੁਤ ਸੋਹਣਾ ਪਿੰਡ। ਹਾਂ ਜੀ ਹਾਂ, ਇਹ ਅਸੀਂ ਇਸ ਪਿੰਡ 'ਚ ਦੂਸਰੀ ਵਾਰ ਆਏ ਹਾਂ। ਕੋਈ ਗੱਲ ਹੋਰ ਆ? ਹਾਂਜੀ, ਇਹ ਸਾਰਿਆਂ ਦੇ ਨਵੀਂ ਪਾਤੀ ਸਾਡਾ ਪਿੰਡ, ਗਿੱਗੇ ਮਾਜਰਾ, ਮਿੰਡਾ, ਤਸੌਲੀ, ਸਾਰੇ ਸਾਥੇ ਪਹਿਲਾਂ ਬੈਠੇ ਆਪਾਂ, 1866 'ਚ ਬੈਠੇ ਹਾਂ। ਅੱਛਾ ਜੀ। ਹਾਂ, ਆਇਆ ਹੁਣ ਨਰਾਤੇ ਆਉਣੇ ਨੇ ਅੱਸੂ ਦੇ। ਹਾਂਜੀ। ਇਹਨਾਂ 'ਚ ਸਤੰਬਰ ਦਾ ਮਹੀਨਾ, ਉਹਦਾ ਤਰੀਕ ਮੈਂ ਭੁੱਲਿਆ ਹੋਇਆ। ਅੱਛਾ ਜੀ। ਉਹਦੇ 'ਚ ਮਤਲਬ ਮੋੜੀ ਰੱਖੀ ਆ ਉਹਦੀ, ਖੇਡੀ ਦੀ ਆਪਾਂ ਦਿਖਾਇਆ ਤਾਂ। ਹਾਂਜੀ ਹਾਂਜੀ। ਹਾਂ ਹਾਂ, ਉਹਦਾ ਮੇਲਾ ਹੁਣ? ਹਾਂ, ਹੈ ਜੀ, ਮੇਲਾ ਜਿਹੜਾ ਕਰਾਉਂਦੇ? ਨਹੀਂ, ਮੇਲਾ ਹੁਣ ਨਹੀਂ ਜੀ ਹੁੰਦਾ, ਮੇਲਾ ਜਾਂ ਦੇਵੀ ਦਾ ਮੰਦਰ ਦਾ ਨਾ, ਮਨਸਾ ਦੇਵੀ ਦੇ ਨੰਬਰ ਪਿੰਡ ਹੈ ਜੀ ਇਹ। ਅੱਛਾ ਜੀ। ਹਾਂ, ਦੇਵੀ ਨਗਰ ਨਾ, ਦੇਵੀ ਨਗਰ। ਹਾਂ, ਇਹਨੇ ਚਾਚਾ ਜੀ ਨੂੰ ਮੰਦਰ ਨੇ ਨਾ ਦੇਖਿਆ, ਅਸੀਂ ਤਾਂ ਦੇਖਿਆ ਨਹੀਂ ਹੈਗਾ। ਅੱਛਾ ਜੀ। ਹਾਂ, ਮੇਲਾ ਉਸ ਟਾਈਮ ਲੱਗਦਾ ਤਾ। ਅੱਛਾ, ਇੱਕ ਬਾਪੂ ਜੀ ਤੁਹਾਨੂੰ ਚੀਜ਼ ਪੁੱਛਣੀ ਆ, ਇੱਕ ਵਾਰੀ ਨਾ ਜਿਹੜੇ ਦੇਸੀ ਮਹੀਨੇ ਹੁੰਦੇ ਆ, ਹੈ ਨਾ ਜੀ, ਉਹਨਾਂ ਦੇ ਨਾਮ ਦੱਸੋ। ਬਹੁਤ ਸਾਰੇ ਸਾਡੇ ਪ੍ਰੋਗਰਾਮ ਦੇਖਣ ਵਾਲੇ ਕਹਿੰਦੇ ਹੁੰਦੇ ਵੀ ਦੇਸੀ ਚੀਜ਼ਾਂ ਦੇ ਬਾਰੇ ਬਜ਼ੁਰਗਾਂ ਤੋਂ ਜ਼ਰੂਰ ਪੁੱਛਿਆ ਕਰੋ, ਦੇਸੀ ਮਹੀਨੇ ਜਿਹੜੇ ਹੁੰਦੇ ਸੀ
ਉਹਨਾਂ ਦਾ ਨਾਮ ਕਿਵੇਂ ਕਿਵੇਂ ਹੁੰਦਾ ਸੀ? ਆ ਹੁਣ ਤੇ ਲੈ ਜਾਓ ਗਣ ਭਾਤੋਂ ਭਾਤੋਂ, ਹਾਂਜੀ ਭਾਤੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ, ਫੱਗਣ, ਚੈਤ, ਵਿਸਾਖ, ਜੇਠ, ਹਾੜ, ਸਾਉਣ, ਹਾਂਜੀ ਮੂੰਹ ਯਾਦ ਹੈ ਤਾਂ, ਹਾਂਜੀ 12 ਮਹੀਨੇ ਦੇਸੀ ਨਾਮ, ਜਿਹਨਾਂ ਨੂੰ ਨਹੀਂ ਪਤਾ ਜ਼ਰੂਰ ਨੋਟ ਕਰ ਲਿਓ, ਇਹ ਚੀਜ਼ਾਂ ਅੱਗੇ ਅਲੋਪ ਹੋ ਚੁੱਕੀਆਂ ਨੇ ਤਾਂ ਹੋਰ ਹੋ ਜਾਣੀਆਂ ਨੇ ਸ਼ਾਇਦ। ਹਾਂਜੀ ਹੋਰ ਕੀ ਹੁੰਦਾ ਸੀ ਦੇਸੀ ਭਾਸ਼ਾ ਦੇ ਵਿੱਚ, ਜਿੱਦਾਂ ਕਹਿ ਦਿੰਦੇ ਸੀ ਮੱਘਰ ਦੀ ਸੰਗਰਾਂਦ, ਇੱਦਾਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਜੀ, ਜਿਹੜਾ 12 ਮਾਹ ਪੜ੍ਹਦੇ ਨਾ ਉਹਦੇ ਵਿੱਚ ਸਾਰੀ ਉਸ ਦੀ ਕਰੀਬੀ ਮਹਾਰਾਜ ਨਾ। ਹਾਂ ਜਿੱਦਣ ਸੰਗਰਾਂਦ ਹੁੰਦੀ ਹੈ ਨਾ, ਇਕੱਲੇ ਇਕੱਲੇ ਮਹੀਨੇ ਦੀ ਜੋ ਉਸਤੀ ਹੈਗੀ ਉਹਦੇ ਵਿੱਚ ਮਾਘ ਮਹੱਤਮ, ਥੋੜ੍ਹੇ ਉਹਦੇ ਮਹੱਤਮ ਕਿਹਾ, ਉਹਦੇ ਵਿੱਚ ਦਾਨ ਕਰਿਆ ਜਾਂਦਾ ਬਹੁਤ। ਹਾਂ ਮਤਲਬ ਸਾਰਾ ਉਹ 12 ਮਾਹੇ 'ਚ ਲਿਖਿਆ ਹੋਇਆ ਜੀ ਉਹ, ਹਾਂ ਪੜ੍ਹਦੇ ਹਾਂ ਫਿਰ 12 ਮਾਹ, ਹਾਂ ਉਹਦੇ ਸਾਰਾ ਵਿਆਖਿਆ ਕਰਕੇ ਤੁਸੀਂ ਹੋਈ ਸਿੱਧੀ ਉਹ। ਹਾਂ ਥੋੜ੍ਹਾ ਜਿਹਾ ਚਾਚਾ ਜੀ ਵੱਲ ਨੂੰ ਘੁੰਮਦੇ ਹਾਂ, ਬਾਪੂ ਜੀ ਕਿੱਦਾਂ ਫਿਰ? ਠੀਕ ਹਾਂ, ਠੀਕ ਹੋ? ਇਹ ਕੀ ਕਹਿੰਦੇ ਨੇ, ਕਹਿੰਦੇ ਤਾਸ਼ ਦਾ ਬਹੁਤ ਪਿਆਰ ਕਰਦੇ? ਚਲੋ ਟਾਈਮ ਪਾਸ ਕਰਦੇ ਹਾਂ, ਟਾਈਮ ਪਾਸ ਕਰਦੇ ਹਾਂ। ਅੱਛਾ ਬਾਪੂ ਜੀ ਤੁਹਾਡੀ ਸਿਹਤ ਠੀਕ ਨਹੀਂ ਰਹਿੰਦੀ? ਠੀਕ ਆ, ਹੁਣ ਠੀਕ ਹੈ ਕੰਮ? ਹਾਂ ਠੀਕ। ਓਕੇ, ਰਿਪੋਰਟ ਹੈ ਕਦੀ ਕਦੀ ਹੋ ਜਾਂਦੀ? ਹਾਂ ਨਹੀਂ ਚਲੋ ਉਮਰ ਵੀ ਹੁਣ 97-98 ਸਾਲ ਹੋ ਗਈ, ਸਾਡੇ ਵਾਲੀ ਪੀੜ੍ਹੀ ਤਾਂ ਮਹਾਂ ਤਰਸੂਗੀ ਇਸ ਉਮਰ 'ਚ ਜਾਣ ਨੂੰ। ਬਹੁਤ ਘੱਟ ਜਾਊਂਗੇ, ਇੰਨੀ ਉਮਰ 'ਤੇ ਤਾਂ ਜਾਣੇ ਨਹੀਂ ਕਿਸੇ ਨੇ, ਬਹੁਤ ਘੱਟ ਜਾਊਂਗੇ। ਤੁਰਦਾ ਫਿਰਦਾ, ਹਾਂ ਤੁਰਕੇ ਆਉਂਦਾ, ਕਰੋ ਠੀਕ। ਜਿਹੜਾ ਬੰਦਾ 98 ਸਾਲ ਦੀ ਉਮਰ 'ਚ ਤੁਰਦਾ ਫਿਰਦਾ ਉਹਦੀ ਬਹੁਤ ਨਿਆਮਤ ਆ, ਮਹਾਰਾਜ ਦੀ ਕਿਰਪਾ ਉਹਦੇ ਪਰ, ਸਮਝ ਲਓ। ਅੱਛਾ ਬਾਪੂ ਜੀ ਤੁਹਾਡੀ ਖੁਰਾਕ ਕਿਹੋ ਜੀ ਸੀ, ਕੀ ਕੁਛ ਖਾਂਦੇ ਪੀਂਦੇ ਹੁੰਦੇ ਸੀ? ਮੱਖਣੀ ਖਾਂਦਾ, ਹੋਰ ਕਿਆ, ਬੈਂਗਣ ਖਾਂਦਾ ਜ਼ਿਆਦਾ, ਮੱਖਣੀ ਮਿਲਦੀ ਰਜਮੀ। ਵਧੀਆ ਵਧੀਆ, ਇਹ ਜੈਲਦਾਰਾਂ ਵਾਲੀ ਭਾਸ਼ਾ ਹੀ ਚਾਹੀਦੀ ਆ। ਅੱਛਾ ਨਹੀਂ ਮੱਖਣੀ ਖਾਂਦੇ ਸੀ, ਹੋਰ ਕੀ ਖਾਂਦੇ ਸੀ? ਹੋਰ ਕਿਆ, ਦੇਸੀ ਕੀ ਖਾਂਦੇ ਜੇ, ਦੇਸੀ ਕੀ ਆਉਂਦਾ, ਲੱਸੀਆਂ ਹੁੰਦੀਆਂ, ਸਾਗ ਹੁੰਦਾ, ਤਾਂ ਪਿਆਲਾ ਵੀ ਚੱਲਦਾ ਸੀ? ਨਾ ਪਿਆਲਾ ਤਾਂ ਘਰ ਕੱਢਦੇ ਨੇ ਜ਼ਿਆਦਾ। ਹਾਂ ਨਹੀਂ ਨਹੀਂ ਜਿਹੜੀ ਗੱਲ ਹੈਗੀ ਬਾਪੂ ਜੀ ਸੱਚੀ ਤਾਂ ਸੱਚੀ ਆ। ਨਾ ਨਾ ਸੱਚੀ ਆ ਗੱਲ, ਘਰਾਂ ਕੱਢਦੇ ਦਾਰੂ, ਹੁਣ ਹੁਣ ਕੌਣ ਕੱਢਦਾ? ਅੱਛਾ ਬਾਪੂ ਜੀ ਤੁਸੀਂ, ਤੁਹਾਡਾ ਵਿਆਹ ਹੱਲਿਆਂ ਤੋਂ ਪਹਿਲਾਂ ਦਾ ਹੋਇਆ ਹੋਇਆ, ਤੁਸੀਂ ਲਾਹੌਰ ਦੇਖਿਆ? ਨਹੀਂ ਦੇਖਿਆ, ਨਹੀਂ ਦੇਖਿਆ, ਕਦੀ ਗਏ ਨਹੀਂ? ਹਾਂ ਅੱਛਾ ਲਾਹੌਰ ਤੱਕ ਨਹੀਂ, ਚਲੋ ਕੋਈ ਗੱਲ ਨਹੀਂ, ਬਾਕੀ ਗਾਂ ਜਵਾਕ ਚਲੇ ਜਾਣਗੇ। ਹਾਂ ਜਾਓ ਜਿਹਨੇ ਜਾਣਾ ਉੱਥਾ ਮੰਨਦਾ ਜਾ ਕੇ ਪਾਕਿਸਤਾਨ ਮਾ ਗਈ। ਲਾਹੌਰ, ਹੁਣ ਤਾਂ ਲਾਹੌਰ ਨੂੰ ਨਹੀਂ ਜਾਂਦੇ, ਹੁਣ ਕੈਨੇਡਾ ਨੂੰ ਜਾਂਦੇ ਬਾਪੂ। ਲਾਹੌਰ ਦਿਖਾ ਦਿੰਦਾ, ਕਿੱਦਾਂ ਦਿਖਾ ਦਿੰਦਾ ਬਾਪੂ ਜੀ, ਕਿੱਦਾਂ ਲਾਹੌਰ ਦਿਖਾਉਂਦਾ ਤੁਹਾਡਾ ਜਵਾਕ? ਦਾਰੂ ਪੀ ਕੇ ਬਾਪੂ ਬਾਪੂ ਜੀ ਕਹਿੰਦੇ ਮੁੰਡਾ ਪੈਗ ਪੁਗ ਲਾ ਕੇ ਫਿਰ ਮੈਨੂੰ ਲਾਹੌਰ ਦਿਖਾ ਦਿੰਦਾ। ਨਾ ਮੇਰੀ ਗੱਲ ਤਾਂ ਕੋਈ ਨਹੀਂ ਬੋਲਦਾ। ਅੱਛਾ ਜੀ, ਮੈਂ ਨਹੀਂ ਕਦੀ ਬੁਲਾਇਆ। ਅੱਛਾ ਜੀ, ਅੱਜੇ ਦਿਖਾ ਦੇਣੀ ਸੀ, ਅੱਜ ਉਹਨੂੰ ਪਤਾ ਨਹੀਂ ਲੱਗਿਆ ਬੀ ਜੂਥਾ ਆਉਣਾ ਬੰਦਿਆਂ। ਅੱਛਾ ਬਾਪੂ ਜੀ ਇੱਕ ਗੱਲ ਆ, ਤੁਸੀਂ ਆਪਣੇ ਟਾਈਮ 'ਤੇ ਸਾਈਕਲ, ਗੱਡੇ ਇਹੋ ਜਿਹੀਆਂ ਚੀਜ਼ਾਂ? ਮੈਂ ਤਾਂ ਕੁਛ ਵੀ ਚਲਾਇਆ ਹੈਗਾ, ਘੋੜੇ ਬੋਤੇ 'ਚ ਘੋੜੀ ਵੀ ਰੱਖੀ ਆ। ਅੱਛਾ, ਬੋਤਾ ਵੀ ਰੱਖਿਆ। ਅੱਛਾ, ਬੋਤੀ ਵੀ ਰੱਖੀ ਸੀ? ਹਾਂ, ਉਹ ਜਿਹੜੇ ਗਾਣੇ ਆਉਂਦੇ ਹੁੰਦੇ ਸੀ ਬੋਤੀ 'ਤੇ ਝੂਟਾ ਦੇ ਦੇ ਮਿੱਤਰਾ, ਦਿੱਤਾ ਸੀ ਬਾਪੂ ਜੀ ਝੂਟਾ ਆਪਣੇ ਟਾਈਮ 'ਤੇ ਕਿਸੇ ਨੂੰ? ਝੂਟਾ ਦੁਨੀਆਂ ਲੈਂਦੀ ਸੀ ਜਦ, ਜਾਂ ਤਾਂ ਮਖੌਲ ਇਹੋ ਜਿਹਾ ਤਾਂ, ਹੁਣ ਕਿੱਥਾ ਮਾਹੌਲ ਇਹੋ ਜਿਹਾ, ਘਰ ਘਰ ਬੋਤੇ ਤੇ ਉਰਾ। ਹਾਂ ਇਹ ਵੀ ਗੱਲ ਸਹੀ ਹੈ। ਅੱਛਾ ਬਾਪੂ ਜੀ ਉਸ ਟਾਈਮ 'ਤੇ ਕਹਿੰਦੇ ਵੀ ਜਦੋਂ ਮੀਆਂ ਬੀਬੀ ਤੁਰੇ ਜਾਂਦੇ ਸੀ ਨਾ, ਜਨਾਨੀ 1/2 ਕਿਲੋਮੀਟਰ ਪਿੱਛੇ ਪਿੱਛੇ ਹੁੰਦੀ ਸੀ ਬੰਦੇ ਤੋਂ, ਹੁਣ ਤਾਂ
ਮੂਹਰਾ ਹੋਊਗੀਆਂ ਨੀ ਪੜ੍ਹੀਆਂ ਲਿਖੀਆਂ ਹੁਣ ਪੜ੍ਹੀਆਂ ਲਿਖੀਆਂ ਮੂਹਰਾ ਹੋਊਗੀਆਂ ਨੀ ਇਹਨਾਂ ਦੇ ਪਏ ਲੱਗਦਾ ਭਾਜੀ ਇਹਨੂੰ ਘੁੰਮਿਓ ਮਾੜਾ ਜਿਹਾ ਇੱਧਰ ਨੂੰ ਘੁੰਮੋ ਇਹਨੂੰ ਘੁੰਮੋ ਇਹਨੂੰ ਇੱਕ ਮਿੰਟ ਮੈਂ ਨਾ ਫੇਕ ਹੀ ਹੋਇਆ ਇਹਨੂੰ ਘੁੰਮੋ ਮਾੜਾ ਜਿਹਾ ਇਹ ਖੇਡਦੇ ਤਾਸ਼ ਅੱਛਾ ਜੀ ਮੈਨੂੰ ਫਿਰ ਕੀ ਕਹਿੰਦੇ ਹੁਣ ਡੰਡੇ ਪਾਏ ਦੇ ਬੰਦਿਆਂ ਨੂੰ ਹਾਂ ਬੰਦਿਆਂ ਨੂੰ ਕਿਆ ਚੱਕ ਪੈਂਦੇ ਤੁਹਾਡੇ ਵੀ ਮੈਂ ਦੇਖਦਾ ਲੋਕਾਂ ਦੇ ਪੈਂਦੇ ਥੱਲਾ ਪੈ ਜਾਂਦਾ ਪਹਿਲਾਂ ਲੰਮੇ ਪੈਂਦੇ ਹਾਂ ਬਾਜੂ ਆ ਕਿੱਦਾਂ ਬਾਈ ਠੀਕ ਠਾਕ ਠੀਕ ਠਾਕ ਇਹਨਾਂ ਨਾਲ ਬਹਿੰਦੇ ਹੋ ਕੀ ਕੁਝ ਸਿੱਖਦੇ ਹੋ ਇਹਨਾਂ ਤੋਂ ਤਾਂ ਸਿੱਖੀਏ ਬਾਪੂ ਜੀ ਕੋਈ ਹੋਰ ਸ਼ੈ ਵੀ ਸਿਖਾਉਣੀ ਸੀ ਭਰਾ ਨੂੰ ਖੇਡ ਨੂੰ ਇਹਦਾ ਭਤੀਜਾ ਮੇਰੇ ਅੱਛਾ ਜੀ ਭਤੀਜਾ ਹੋਰ ਕੀ ਕੀ ਸਿਖਾਇਆ ਇਹਨਾਂ ਨੂੰ ਹੈਂ ਜੀ ਕੀ ਕੀ ਸਿਖਾਇਆ ਇਹਨਾਂ ਨੂੰ ਇਹਨੂੰ ਇਹ ਤਾਂ ਆਪੇ ਸਿੱਖਿਆ ਇਹਨਾਂ ਕੋਲ ਲੋੜ ਨਹੀਂ ਹੈ ਅੱਛਾ ਜੀ ਅੱਛਾ ਜੀ ਬਸ ਕੀ ਮੰਨਦੇ ਹੋ ਫਿਰ ਅੱਜ ਕੱਲ੍ਹ ਵਿਆਹੀ ਮੇਰੀ ਜ਼ਿੰਦਗੀ ਵਧੀਆ ਕਿ ਨਹੀਂ ਵਧੀਆ ਜੀ ਜ਼ਿੰਦਗੀ ਤੋਂ ਨਜ਼ਾਰੇਦਾਰ ਹਾਂ ਨਜ਼ਾਰੇਦਾਰ ਅੱਜ ਇਹਨਾਂ ਨੇ ਤੁਹਾਨੂੰ ਖੁੱਲ੍ਹ ਦਿੱਤੀ ਇੱਥੇ ਬਹਿਣ ਦੀ ਵਧੀਆ ਹੀ ਆ ਹਾਂਜੀ ਹਾਂ ਲਓ ਜੀ ਫਿਰ ਕੁੱਲ ਮਿਲਾ ਕੇ ਬਾਪੂ ਜੀ ਤੁਸੀਂ ਖੜ੍ਹੇ ਹੋ ਗਏ ਬੈਠੋ ਦੋ ਗੱਲਾਂ ਹੋਰ ਕਰਨੀਆਂ ਤੁਹਾਡੇ ਨਾਲ ਇੱਧਰ ਆ ਜਾਓ ਸਾਰੇ ਜਾਣੇ ਲਾਗੇ ਲਾਗੇ ਆਓ ਜਰਾ ਬਾਪੂ ਜੀ ਇੱਧਰ ਆ ਜਾਓ ਇੱਧਰ ਇੱਥੇ ਆਓ ਇੱਥੇ ਦੋ ਮਿੰਟ ਆਓ ਆਓ ਜੀ ਆਓ ਇੱਧਰ ਅੱਗੇ ਤੇ ਆਓ ਆਓ ਜੀ ਆਓ ਸਾਰੇ ਇੱਥੇ ਕਿਤੇ ਆਓ ਮੇਰੇ ਲਾਗੇ ਆ ਜਾਓ ਫਿਰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਤੁਹਾਡੇ ਚਿਹਰੇ ਤੇ ਰੌਣਕ ਬਹੁਤ ਆ ਅਜੇ ਤਾਂ ਬੁਖਾਰ ਹੋਇਆ ਵਾ ਅੱਛਾ ਤਾਂ ਹੀ ਤਾਂ ਹੈ ਨਹੀਂ ਨਹੀਂ ਤਾਂ ਗੋਲੇ ਗਿਰੇ ਦੇਣੇ ਤੇ ਦੋ ਚਾਰ ਖਾਣੇ ਦੇ ਹੁਣ ਬੋਲ ਨਹੀਂ ਹੁੰਦਾ ਹੈ ਗਾਂ ਤੇ ਘੁੰਮਦੀ ਨਾ ਹੇਠਾਂ ਤੇ ਫਿਕਰੇ ਹਾਂ ਨਹੀਂ ਮਿਲਦਾ ਕੜਾ ਨਹੀਂ ਮਿਲਦਾ ਥਰਤ ਲਾ ਕੇ ਪ੍ਰਾਂਤ ਖਾ ਕੇ ਲੱਡੂਆਂ ਦੀ ਪੁੱਛੋ ਇਹਨਾਂ ਤੇ ਕੋ ਖਾਣ ਵਾਸਤੇ ਹੀ ਆ ਉਹਨਾਂ ਵਿੱਚ ਤੇ ਆ ਇਹ ਅੱਛਾ ਹਾਂ ਵਾਸਤੇ ਹੀ ਆ ਅੱਛਾ ਜੀ ਲੁਕੋ ਕੇ ਤਾਂ ਨਹੀਂ ਜਾਂਦੇ ਹੈਗੇ ਅੱਛਾ ਜਿਹੜੀ ਸ਼ਰਤ ਲੱਗੀ ਸੀ ਉਹ ਦੱਸੋ ਕਿਹੜੀ ਜੀ ਉਹ ਕਹਿੰਦੇ ਪਰਾਤ ਖਾਧੀ ਸੀ ਜਿਹੜੀ ਫਿਰ ਲੱਡੂਆਂ ਦੀ ਉਹਦੇ ਸ਼ਰਤ ਜਿਹੜੇ ਆਪਾਂ ਖਾਣੇ ਉਹਦਾ ਖਾਣੇ ਆ ਆਪਾਂ ਕਹਿੰਦੇ ਸ਼ਰਤ ਲਾ ਲਓ ਅੱਛਾ ਕਿੰਨੇ ਦੀ ਲਾਈ ਸੀ ਹੈ ਸ਼ਰਤ ਕਿੰਨੇ ਦੀ ਲਾਈ ਸੀ ਹਜ਼ਾਰ ਹਜ਼ਾਰ ਦੀ ਅੱਛਾ ਲੈ ਫਿਰ ਤਾਂ ਕੀ ਹੁੰਦਾ ਤੁਹਾਡੇ ਮੂਹਰੇ ਕੌਣ ਬੈਠਾ ਸੀ ਜਿਹੜੇ ਹੋਰ ਤਾਂ ਦੇਖਣੇ ਵਾਲੇ ਦੂਰ ਬੈਠ ਕੇ ਦੇਖਦੇ ਆ ਅਗਲਾ ਕਹਿੰਦਾ ਵੀ ਮੈਨੂੰ ਨਾ ਦੇਣਾ ਪੈ ਜਾ ਮੈਨੂੰ ਕੁਹਾ ਨਾ ਦੇਵੇ ਅਗਲਾ ਕਹਿੰਦਾ ਵੀ ਜਿਹਨੂੰ ਖਾ ਲੈਣ ਦੀ ਸਾਡਾ ਦੇ ਕੇ ਜਾਊਗਾ ਅੱਛਾ ਜੀ ਜਿੰਨੀ ਮਰਜ਼ੀ ਮਠਿਆਈ ਖਿਲਾ ਦਿਓ ਇਹਨੂੰ ਅੱਛਾ ਜੀ ਹਾਂ ਹਾਂ ਤੁਸੀਂ ਦੇਖਣੇ ਹੁਣ ਦੇਖ ਲਓ ਨਾ ਨਾ ਬਾਪੂ ਜੀ ਮੈਂ ਥੋੜਾ ਮੁਕਾਬਲਾ ਕਰ ਸਕਦਾ ਕਿਤੇ ਉਹ ਦਿਲ ਵਿੱਚ ਸ਼ੱਕ ਨਹੀਂ ਲੈ ਕੇ ਜਾਣਾ ਵੀ ਖਬਰ ਮਜ਼ਾਕ ਹੀ ਕਰਦਾ ਮਾੜੀ ਸ਼ੰਕਾ ਕੱਢ ਕੇ ਜਾਇਓ ਕਦੇ ਮੈਨੂੰ ਕੋਈ ਸ਼ੱਕ ਨਹੀਂ ਹੈਗਾ ਗੱਲ ਇਸ ਤਰ੍ਹਾਂ ਵੀ ਦੇਖੋ ਖਾਣੇ ਪੀਣੇ ਨਾਲ ਕੁਛ ਨਹੀਂ ਹੁੰਦਾ ਹੈਗਾ ਤਾਕਤ ਹੁੰਦੀ ਹੈ ਜਿਸ ਤਰ੍ਹਾਂ ਹੁਣ ਸਾਡੇ ਤਾਇਆ ਜੀ ਬੈਠੇ ਜਲਦਾਰ ਬੁੜੀਆਂ ਦੁੱਧ ਰੱਖ ਜਾਂਦੀਆਂ ਨਾਲੀਆਂ ਰੱਖਣੀਆਂ ਨਾਲੀ ਦੇ ਵਿੱਚ ਪਾ ਕੇ ਫੜੀ ਸਾਰੀ ਮੜਾਈ ਪੀ ਜਾਣੀ ਹੇਠਾਂ ਦੁੱਧ ਰਹਿ ਜਾਣਾ ਇਕੱਲਾ ਉਹਦੇ ਮੈਂ ਕਿਆ ਬਣਦਾ ਕੁਛ ਵੀ ਨਹੀਂ ਬੁੜੀਆਂ ਫਿਰ ਰੜਕਾਂ ਮਾਰੀ ਜਾਂਦੀਆਂ ਕਹਿੰਦੀ ਅੱਜ ਮੜਾਈ ਉਹ ਮੱਖਣ ਘੱਟ ਆਇਆ ਮੱਖਣ ਦਾ ਖਰਦਾ ਇਹੋ ਜਿਹੇ ਪੀ ਕੇ ਤਾਏ ਉਹਨਾਂ ਵਰਗੇ ਚੱਕ ਪਰ ਬੈਠ ਜਾਣਾ ਗੁੜ ਖਾ ਜਾਣਾ ਖਾਣਾ ਜਮਾਨਾ ਤਾਂ ਬਾਈ ਜਮਾਨੇ ਦੀ ਗੱਲ ਆ ਤੁਸੀਂ ਸਾਰਾ ਮੱਖਣ ਤੇ ਤੁਸੀਂ ਖਾ ਗਏ ਅਗਲੀ ਪੀੜ੍ਹੀ ਕੀ ਖਾਵੇ ਅਗਲੀ ਕਰੂੰਗਾ ਖਾਊਂਗਾ ਅੱਛਾ ਹੁਣ ਤਾਂ ਦੁੱਧ ਦੇ ਕੋਲ ਨੂੰ ਲੰਘ ਜਾ ਕਹਿੰਦਾ ਪੁਣਕੇ ਦਿਓ ਉਹ ਪਹਿਲਾਂ ਹੀ ਗਾਂਦਾ ਹੁੰਦਾ ਗਾਂ ਵਾਲੇ ਵੀ ਤੁਹਾਨੂੰ ਪਹਿਲਾਂ ਹੀ ਪਤਾ ਹੁੰਦਾ ਉਹਨਾਂ ਦਾ ਜਿਹੜਾ ਪਿਓਰ ਦੁੱਧ ਹੁੰਦਾ ਉਹ ਤਾਂ ਹੁਣ ਵਾਲੀ ਪੀੜ੍ਹੀ ਦਾ ਪਚਦਾ ਹੀ ਨਹੀਂ ਇਸੇ ਕਰਕੇ ਤਾਂ ਪਚਦੇ ਹੈ ਉਹ ਨਹੀਂ ਕਿਸੇ ਨੂੰ ਪੁੱਛੋ ਵੀ ਕਿਵੇਂ ਇੰਨੇ ਬੰਦੇ ਵੀ ਮੈਂ ਮੱਝ ਕਿਹਦੇ ਕੋਲ ਪੁੱਛ ਕੇ ਦੇਖੋ ਇੰਨੇ ਵਿੱਚ ਬੈਠੇ ਇੱਕ ਅੱਧੇ ਕੋਲ ਹੋਣੀ ਹੈ ਮਾੜੀ ਮੋਟੀ ਫਿਰ ਉਹਨਾਂ ਦਾ ਫਿਰ ਅਗਲਾ ਕਹਿੰਦਾ ਵੀ 2 ਕਿਲੋ ਆ ਦੇ ਲਓ 2 ਕਿਲੋ ਪੂਰਾ ਕਿੱਥੇ ਦੇ ਕਰਨਾ ਥੋੜ੍ਹਾ ਬਹੁਤਾ ਉਹ ਵੀ ਹੁੰਦਾ ਵਿੱਚ ਉਹ
ਫਿਰ ਪੂਰਾ ਵੀ ਕਰਨਾ ਹੁੰਦਾ। ਫਿਰ ਅਗਲਾ ਕਹਿੰਦਾ ਵੀ ਚਾਹ ਚਾਹ ਬਣਾ ਦਿਉ, ਦੁੱਧ ਰਹਿਣ ਦਿਉ। ਹੁਣ ਮੇਰੇ ਵਰਗੇ ਨੂੰ ਪਤਾ ਵੀ ਦੁੱਧ ਲਿਆਉਂਗੇ ਪੈਸੇ ਲੱਗਣੇ ਆ। ਅਗਲਾ ਕਹਿੰਦਾ ਅੱਜ ਮੈਂ ਚਾਹ ਹੀ ਨਹੀਂ ਪੀਣੀ ਹੈਗੀ। ਸਹੀ ਗੱਲ ਹੈ। ਹੈਂ ਅੱਛਾ ਬਾਬੂ ਜੀ, ਹੋਰ ਕਿਹੜੀ ਕਿਹੜੀ ਖੁਰਾਕ ਹੁੰਦੀ ਸੀ ਉਸ ਟਾਈਮ 'ਤੇ ਜਿਹਦੇ ਨਾਲ ਜ਼ਿਆਦਾ ਬੰਦੇ ਸਿਹਤਮੰਦ ਰਹਿੰਦੇ ਸੀ ਜਾਂ ਜਿਹੜੀ ਚੀਜ਼ ਹੁੱਬ ਕੇ ਖਾਧੀ ਜਾਂਦੀ ਸੀ? ਦੇਖੋ ਅੱਗੇ ਜਿਹੜੀਆਂ ਚੀਜ਼ਾਂ ਹੁੰਦੀਆਂ ਸਾਰੀਆਂ ਖਾਣ ਵਾਲੀਆਂ ਦੀਆਂ, ਗੁੜ ਖਾਣਾ, ਲੱਸੀ ਪੀਣੀ ਅਤੇ ਦਹੀਂ, ਮਤਲਬ ਸਾਰੀਆਂ ਤਕੜੀਆਂ ਦੀ ਖਾਣ ਵਾਲੀਆਂ, ਰਸ ਪੀ ਲਓ, ਹੁਣ ਛੋਲਿਆਂ ਦੀ, ਬੇਰੜ ਦੀਆਂ ਰੋਟੀਆਂ, ਇਹ ਕੋਈ ਮਿਲਾਵਟ ਨਹੀਂ, ਮਤਲਬ ਖਾਣੇ ਵਾਲੀ ਉਹ ਤਾਕਤ ਵਾਲੀਆਂ ਸਾਰੀਆਂ। ਅੱਜ ਕੱਲ੍ਹ ਕਿਹਾ ਕੁਛ ਸਾਰੇ ਸਪਰੇਅ ਵਾਲੇ ਹੋਏ ਵੇ ਆ, ਇੱਕ ਵਾਰ ਮੂੰਹ ਮਾਂ ਬੁਰਕੀ ਪਾ ਲਾ, ਦੂਜੀ ਵਾਰ ਨੌਵਾਂ ਬਾਥਰੂਮ 'ਚ ਵੜ ਦੇਣ, ਕਹਿੰਦੇ ਲੈਟਰਿੰਗ ਹੋਈ ਵੀ ਹੈ, ਪਰ ਪਚਦਾ ਨਹੀਂ ਨਾ ਹੈ, ਕਮਜ਼ੋਰੀਆਂ ਹੈ। ਅੱਗੇ ਜੋ ਕੁਛ ਮਿਲ ਗਿਆ, ਅੱਗੇ ਦਵਾਈਆਂ ਨੀਤੀਆਂ ਹੁੰਦੀਆਂ, ਜੁਆਇਣਾ ਖਾ ਲੈਂਦੇ ਤੇ ਸੋਏ ਖਾ ਲਏ, ਕੋਈ ਕਿਤੇ ਸੂਹ ਅਮਰ ਜੇ ਉਹੀ ਦੋ ਡੱਕੇ ਪਾ ਲਏ ਕਿਸੇ ਮੂੰਹ ਦੇ ਵਿੱਚ, ਉਹ ਤੰਦਰੁਸਤ ਹੈ। ਅੱਛਾ ਬਾਬੂ, ਜਿਹੜਾ ਤੁਸੀਂ ਪਰਾਤ ਸ਼ਰਤ ਲਾਈ ਸੀ, ਉਹ ਪਰਾਤ 'ਚ ਲੱਡੂ ਕਿੰਨੇ ਸੀ? ਰੱਖ ਕੇ ਦੇਖ ਲਓ ਹੁਣ, ਕਿਹਾ ਪਤਾ ਬਰਾਤ ਕਿਹੋ ਜਿਹੀ ਹੋਵਾ, ਕਿੰਨੀ ਢੇਰੀ ਵਿੱਚ ਕਿੰਨੇ ਹੋਣ। ਮੈਂ ਕਹੀ ਜਾਵਾਂ 50, ਤੇ ਤੁਸੀਂ ਕਹੋਗੇ 50 ਆ ਹੀ ਨਹੀਂ ਸਕਦੇ, ਵੀ ਅੱਜ ਕੱਲ੍ਹ ਦੇ ਪਰਾਤ ਹੀ ਇੰਨੇ ਨਹੀਂ ਹੈਗੇ। ਪਰਾਤਾਂ ਦੇ ਹੁਣ ਥਾਲੀਆਂ ਬਣ ਗਈਆਂ, ਪਹਿਲਾਂ ਤਾਂ ਐਡੀ ਪਰਾਤ ਹੁੰਦੀ ਸੀ ਮੇਰੇ ਹਿਸਾਬ ਨਾਲ, ਇੰਨੀ ਪਰਾਤ ਹੁੰਦੀ ਸੀ, ਫਿਰ ਐਂ ਦਾ ਵੀ ਬੈਠੀ ਦੇ ਖਾਣ ਲੱਗ ਗਏ ਵੀ ਖਾਧਾ ਪਿਆ। ਹੁਣ ਦੇਖੋ ਅੱਜ ਕਹਿ ਦਿੰਦੇ ਆ ਵੀ ਆਹ ਫਲਾਣਾ ਬੰਦਾ ਵਿਆਹਵਾਂ ਬੁਲਾਇਓ, ਮਿਠਾਈ ਤਾਂ ਸਾਰਿਆਂ ਦੀ ਆਉਂਦੀ ਆ, ਬਹੁਤੇ ਤਾਂ ਲੈਂਦੇ ਹੀ ਨਹੀਂ, ਕਹਿੰਦੇ ਮੈਨੂੰ ਸ਼ੂਗਰ ਹੋਈ ਪਹਿਲੇ ਹੀ ਖਾਣੇ 'ਤੇ। ਹਾਂ ਬਿਲਕੁਲ, ਅਗਲੇ ਤਾਂ ਪੈਸੇ ਲਾਏ ਨਾ ਤੁਹਾਡੇ ਨਾਂ 'ਤੇ ਵੀ, ਹੁਣ ਵਿੱਚ ਆ ਕੇ ਇੱਕ ਖਾ ਗਿਆ, ਕੋਈ ਮੇਰੇ ਵਰਗੇ 10-20 ਖਾ ਕੇ ਚੱਲ ਗਿਆ, ਬਰਾਬਰ ਨਹੀਂ ਕਰਦਿਆ ਹੋਰ ਨਾ, ਬਰਾਬਰ ਤਾਂ ਆ ਗਿਆ ਨਾ, ਅਗਲੇ ਤਾਂ ਜਾਏ ਤਾਂ ਨਹੀਂ ਗਏ, ਪੈਸੇ ਲੱਗੇ ਆ, ਉਹ ਜਾਏ ਤਾਂ ਨਹੀਂ ਗਏ ਹੈਗੇ, ਪੈਸੇ ਨਹੀਂ ਜਾਏ ਜਾਣੇ ਚਾਹੀਦੇ, ਖਾਣਾ ਵੀ ਚਾਹੀਦਾ। ਬਾਪੂ ਜੀ ਕਹਿੰਦੇ ਖਾਣਾ ਚਾਹੀਦਾ, ਹਾਂ ਹਰੇਕ ਚੀਜ਼ ਖਾਣੀ ਚਾਹੀਦੀ ਆ। ਕਹਿੰਦੇ ਹੁੰਦੇ ਵੀ ਗੁਰਦੁਆਰੇ, ਇੱਕ ਤਾਂ ਗੁਰਦੁਆਰੇ ਨੂੰ ਮੰਨਦੇ ਹਾਂ, ਉੱਥੇ ਜਦ ਦੇਗ ਲੱਗਦੇ ਨਾ ਵੰਡਣ, ਉੱਥੇ ਐਂ ਕਰੀ ਜਾਂਦੇ ਪਹਿਲੀਆਂ ਇੰਨਾ, ਹੁਣ ਦਸ ਇਹਨੂੰ ਹੱਥ ਹੋਏ, ਮੈਂ ਤਾਂ ਘੁੱਟ ਕੇ ਕਿਆ ਚੱਕੇਗਾ, ਮੈਂ ਤਾਂ ਕਿਆ ਨਹੀਂ ਚੱਕੇਗਾ, ਤਾਂ ਤਾਂ ਕੰਮ ਹੋਣੀ ਤਾਂ ਚਾਹੀਦੇ, ਸਰੀਰ ਦੀਆਂ ਗੁਲਜ਼ਾਂ ਤਾਂ ਖੁੱਲ੍ਹਣ, ਹੈਂ ਗੁਲਜ਼ਾਂ ਵੀ ਹੋਣ ਖਾਣ ਸਾਰੇ ਨੂੰ, ਫਿਰ ਉਹਨਾਂ ਨੂੰ ਖਾਓ। ਕਹਿੰਦੇ ਨਾ ਮੈਨੂੰ ਸ਼ੂਗਰ ਹੋਈ ਵੀ ਆ, ਮੈਨੂੰ ਇਹ ਹੁੰਦੀ ਹੈ ਜੇ ਤੁਹਾਨੂੰ ਗੁਰਦੁਆਰੇ ਵਿੱਚ ਆਰਾਮ ਨਹੀਂ ਹੋ ਸਕਦਾ, ਫਿਰ ਕਿਧਰੇ ਵੀ ਨਹੀਂ ਹੋ ਸਕਦਾ। ਜਿਹੜਾ ਕੋਈ ਮਿਲਦਾ ਗੁਰਦੁਆਰੇ ਦੇਗ ਮਿਲਦੀ, ਦੇਗ ਖਾਓ। ਅੱਜ ਕੱਲ੍ਹ ਤਾਂ ਲੋਕੀ ਦੇਗ ਵੀ ਨਹੀਂ ਖਾਂਦੇ ਬਾਪੂ ਜੀ, ਕਹਿਣਗੇ ਘਿਓ ਆ ਜੀ ਇਹਦੇ ਚ ਬਹੁਤ ਜ਼ਿਆਦਾ। ਨਾ ਗੁਆਂਢੀ ਦੇ ਹੱਥ ਪਰ ਰੱਖ ਲੈਂਦੇ ਆ, ਬਿਲਕੁਲ ਸਹੀ ਗੱਲ ਹੈ, ਅਸੀਂ ਕਹਿੰਦੇ ਵੀ ਆਉਣ ਦੇ ਇੱਧਰ, ਸਾਡੇ ਤਾਂ ਜਾ ਕੇ ਹੋਰ ਕਹਿੰਦੇ ਬਾਬਾ ਜੀ ਥੋੜੀ ਜਿਹੀ ਹੋਰ ਦੇ ਦਿਓ, ਹੈਂ ਅਸੀਂ ਤਾਂ ਕਹਿੰਦੇ ਬਾਬਾ ਜੀ ਇੱਕ ਗੱਫਾ ਹੋਰ ਦੇ ਦਿਓ, ਬਾਬਾ ਗੱਫਾ ਬਾਬਾ ਪਹਿਲੀ ਪਰੇ ਨੂੰ ਦੇਖ ਲੈਂਦਾ, ਪਹਿਲਾਂ ਇਹਨਾਂ ਨੂੰ ਡੇਲੀ ਵਿੱਚ ਬਚ ਗਿਆ, ਇਹਨੂੰ ਦੇ ਦੂੰਗੇ, ਦਿੰਦੇ ਨਹੀਂ, ਅਸੀਂ ਵੀ ਦੇਖਦੇ ਰਹਿੰਦੇ ਨਹੀਂ। ਦੇਖੋ ਖਾਣ ਪੀਣ ਪਿੱਛੇ ਕਾਹਦੀ ਸੰਗ, ਬਿਲਕੁਲ ਚੋਰੀ ਕਰਨੀ ਮਾੜੀ ਆ, ਬਿਲਕੁਲ ਨਾਲ ਲੈ ਕੇ ਜਾਣਾ ਮਾੜਾ, ਖਾਏ ਤੇ ਕੁਛ ਨਹੀਂ ਮੁੱਕਦਾ, ਬਿਲਕੁਲ ਸਹੀ ਗੱਲ, ਜਿਹੜਾ ਤੁਹਾਡੇ ਸਾਹਮਣੇ ਖਾ ਲਿਆ ਉਹਦੇ ਵਿੱਚ ਕਿਆ, ਹੈਂ। ਹੋ ਜੀ, ਤੁਸੀਂ ਦੇਖਿਆ ਵੀ ਖਾਣਾ ਪੀਣਾ ਜਿਹੜਾ ਨਾ ਉਹ ਬਹੁਤ ਜ਼ਰੂਰੀ ਆ। ਸੋ ਇਹ ਸੀ ਸਾਡੀ ਅੱਜ ਦੀ ਹੱਸਦੀ ਖੇਡਦੀ ਸੱਥ। ਆਲਾ ਦੁਆਲਾ ਵੇਖੋ, ਜਿਹੜੇ ਖਿਡਾਰੀ ਨੇ ਉਹ ਆਪਣੀ ਵਾਰੀ 'ਤੇ ਫਿਰ ਚਲੇ ਗਏ ਨੇ, ਭਾਵੇਂ ਉਹ ਛੜਾ ਯੂਨੀਅਨ ਦੇ ਪ੍ਰਧਾਨ ਹੋਣ, ਭਾਵੇਂ ਉਹ ਸਾਡੇ 98 ਸਾਲਾਂ ਵਾਲੇ ਬਾਪੂ ਜੀ ਹੋਣ, ਭਾਵੇਂ ਸਾਡੇ ਉਹ ਵੀਰ ਹੋਵੇ ਜਿਹੜੇ ਕਹਿੰਦੇ ਮੈਂ ਤਾਸ਼ ਸਿੱਖੀ ਆ, ਹੈ ਨਾ ਜੀ। ਸੋ ਇਹ ਹੱਸਦਾ ਖੇਡਦਾ ਪਿੰਡਾਂ ਦਾ ਮਾਹੌਲ ਆ, ਔਰ ਆਸ ਉਮੀਦ ਕਰਾਂਗੇ ਇਹ ਪਿੰਡਾਂ ਵਾਲੇ ਮਾਹੌਲ ਇਸੇ ਤਰ੍ਹਾਂ ਬਣੇ ਰਹਿਣ, ਇੱਦਾਂ ਹੀ ਪਿਆਰ ਬਣਿਆ ਰਹੇ, ਸਾਰੇ ਇਕੱਠੇ ਹੋ ਕੇ ਬਹਿੰਦੇ ਰਹਿਣ, ਹੱਸਦੇ ਖੇਡਦੇ ਰਹਿਣ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਿਰਫ ਇੰਨਾ ਹੀ, ਅਗਲੀ ਵਾਰ ਫਿਰ ਮਿਲਾਂਗੇ ਕਿਸੇ ਹੋਰ ਪਿੰਡ 'ਚ ਨਵੀਂ ਸੱਥ ਦੇ ਨਾਲ। ਕੈਮਰਾਮੈਨ ਜੋਬਨ ਦੇ ਨਾਲ ਮੈਨੂੰ ਪਰਮ ਨੂੰ ਦਿਓ ਇਜਾਜ਼ਤ, ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ, ਸਤਿ ਸ਼੍ਰੀ ਅਕਾਲ ਜੀ।